जस्टिव देख रहे हो तुसी, मैं के पी सिंह तुहाडा स्वागत करदा। देश विच आबादी किन्नी हैगी है, देश दा नागरिक कौन हैगा, इस ते बहुत चर्चावां छिड़ चुकियां, ते एक चर्चा होर छिड़की हैगी है NPR नैशनल पापूलेशन रजिस्टर। मैं तो हूँ यह भी भुलन लग पाया कि एब्रीवेशन किनिया मेरे सामने आनगियां, कदे सी ए सामने आके बह जाता, कदे NRC सामने आके बह जाता, कदे NPR सामने आके बह जाता, सब कुछ याद कराया जाना लाजमी हैगा। पर यह सब दे विचाले सवाल ये पूछना लाजमी हैगा, NPR की जरूरत क्यों है, की है जिहड़ा UPA का फैसला हैगा ते NDA का फैसला हैगा, उन्हां विच फर्क किन्ना हैगा, इन्हां दोनों की जिहड़ी साबका सरकार ते मौजूदा सरकार दी नीतियां विच किन्ना फर्क हैगा, इंटेंशन जिहड़ी हैगी आ उन्हां विच किन्ना फर्क हैगा, बहुत सारे इहो जिहे सवाल हैगे आ। पर सवाल यह बड़ा महत्वपूर्ण हैगा, आधार कार्ड बनिया, आधार कार्ड तो बाद होर पछाण जिहड़ियां पुछी जाण लग पईआं, ते अज सवाल पुछण लाजमी हैगा कि वन नेशन वन टैक्स की गल करन वाली सरकार, वन नेशन ते वन पॉलिसी वाली गल करन दी सरकार, हुण इह सवाल क्यों पुछना पै रिहा सानूं कि इक देश किन्नी पछाण। ਅਸੀਂ ਬਹਿਸ ਕਿਉਂ ਕਰ ਰਹੇ, ਟੂ ਦਾ ਪੁਆਇੰਟ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸੀਏ। CAA NRC ਅਤੇ ਸਿਆਸੀ ਕਮਿਸਾਨ ਦੇ ਵਿਚਾਲੇ NPR ਅਪਡੇਟ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਤਕਰੀਬਨ 13,000 ਕਰੋੜ ਦਾ ਖਰਚ ਹੋਵੇਗਾ। 1 ਅਪ੍ਰੈਲ 2020 ਤੋਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। 2021 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ NPR ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਸਰਕਾਰ ਦਾ ਤਰਕ ਹੈ ਡਾਟਾਬੇਸ ਤਿਆਰ ਕਰ ਕੇਂਦਰੀ ਯੋਜਨਾਵਾਂ ਦਾ ਫਾਇਦਾ ਪਹੁੰਚਾਉਣਾ ਜ਼ਰੂਰੀ ਹੈਗਾ, ਮਕਸਦ ਇਹੀ ਹੈਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ NPR ਲਈ ਨਾ ਸਬੂਤ, ਨਾ ਕਾਗਜ਼, ਨਾ ਬਾਇਓਮੈਟ੍ਰਿਕ, ਇਹ ਚੀਜ਼ਾਂ ਦੀ ਲੋੜ ਨਹੀਂ ਹੈਗੀ, ਜੋ ਤੁਸੀਂ ਦੱਸੋਗੇ ਉਹੀ ਸੱਚ ਮੰਨਿਆ ਜਾਵੇਗਾ। ਨੈਸ਼ਨਲ ਪਾਪੂਲੇਸ਼ਨ ਰਜਿਸਟਰ 'ਤੇ ਵਿਰੋਧੀਆਂ ਨੇ ਕੇਂਦਰ ਸਰਕਾਰ ਨੂੰ ਘੇਰਿਆ। AIMIM ਮੁਖੀ ਅਸੂਦੀਨ ਅਵੈਸੀ ਨੇ ਕਿਹਾ ਕਿ NPR ਜ਼ਰੀਏ NRC ਵੱਲ ਪਹਿਲਾ ਕਦਮ ਹੈ, ਨਾਗਰਿਕਤਾ ਕਾਨੂੰਨ 'ਤੇ ਸਿਆਸਤ ਵੀ ਜਾ ਰਹੀ ਹੈ, ਮਮਤਾ ਰਾਹੁਲ ਨੇ ਸਰਕਾਰ 'ਤੇ ਨਿਸ਼ਾਨੇ ਸਾਧੇ ਆ। ਕੇਂਦਰ ਸਰਕਾਰ ਦਾ ਤਰਕ ਕੀ ਹੈ, ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਕਹਿ ਕੀ ਰਹੇ ਆ, ਪਹਿਲਾਂ ਸੁਣ ਲਈਏ। ਐਸਾ ਹੈ ਭਾਰਤ ਮੇਂ ਅਭੀ ਬ੍ਰਿਟਿਸ਼ ਜ਼ਮਾਨੇ ਸੇ ਦੇਸ਼ ਕੇ ਜਨਸੰਖਿਆ ਕਾ सेंसस होता है, जनगणना होती है। इस जनगणना में ब्रिटिश जमाने में आज़ादी के पहले 8 हुए थे, आज़ादी के बाद 7 हुए, या अब 8वां यानी कुल मिला के 16वीं जनगणना हो रही है। नेशनल पॉपुलेशन रजिस्टर ये पहली 2010 में UPA सरकार में शुरू हुआ और सारे लोगों का एक रजिस्टर बना और उसके कार्ड मनमोहन जी ने वितरित किए थे। तो 2015 में इसका अपडेशन हुआ। इट विल नॉट बी ए लॉन्ग फॉर्म, दोज विल टेक बेनिफिट ऑफ द स्पेशल मोबाइल ऐप विच विल बी क्रिएटेड टू अपलोड द डिटेल्स। इट इज सेल्फ डिक्लेरेशन, नो डॉक्यूमेंट इज रिक्वायर्ड, नो प्रूफ इज रिक्वायर्ड, no biometric is required, and this is already accepted by 10 all the states, and all the states have already notified it and they have already started their training camp। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਦੇਸ਼ 'ਚ ਜਨਤਾ ਅੱਗੇ ਖੜੀਆਂ ਦਰਪੇਸ਼ ਮੁਸ਼ਕਲਾਂ ਦੀ ਸੂਚੀ ਸਿਆਸਤ ਕਿਹੜੇ ਡਾਟਾਬੇਸ 'ਚ ਰੱਖੇਗੀ, ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾ ਰਿਹਾ ਪ੍ਰਸਵਜੀਤ ਸਿੰਘ, ਪੋਲੀਟੀਕਲ ਐਨਲਿਸਟ ਨੇ। ਪ੍ਰਸਵਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਬੁਲਾ ਰਹੇ, ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੌਰਵਨੀਤ ਸਿੰਘ ਮਾਂਗੜ ਕਾਂਗਰਸ ਦੇ ਬੁਲਾ ਰਹੇ ਆ, ਮਾਂਗੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਬੰਦ ਸਿੰਘ ਬਰਾੜ CPA ਦੇ ਬੁਲਾ ਰਹੇ ਆ, ਕਿਉਂਕਿ ਵੈਸਟ ਬੰਗਾਲ ਅਤੇ ਕੇਰਲਾ ਦਾ ਪੱਖ ਲੈਣਾ ਵੀ ਲਾਜ਼ਮੀ ਹੈਗਾ। ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਗੌਰਵਨੀਤ ਮਾਂਗੜ ਤੁਹਾਨੂੰ ਕਰਨਾ ਚਾਹੂੰਗਾ। ਗੌਰਵਨੀਤ ਮਾਂਗੜ, UPA ਸਰਕਾਰ ਨੇ ਜੋ ਫੈਸਲੇ ਲਿੱਤੇ, NDA ਸਰਕਾਰ ਨੇ ਜੋ ਫੈਸਲੇ ਲਿੱਤੇ, ਉਹਨਾਂ ਦੇ ਵਿਚਾਲੇ ਤੁਹਾਨੂੰ NDA ਸਰਕਾਰ ਦੀ ਮੰਸ਼ਾ 'ਤੇ ਸਵਾਲ ਕਿਉਂ ਖੜਾ ਹੋ ਜਾਂਦਾ ਹਮੇਸ਼ਾ? ਦੇਖੋ ਜੀ, ਹੁਣ NPR ਦੀ ਆਪਾਂ ਡਿਸਕਸ਼ਨ ਕਰ ਰਹੇ ਹਾਂ, ਇਹਦੇ ਵਿੱਚ ਜਿਹੜਾ ਇੱਕ ਦੋ ਫੈਕਟਰਸ ਬੜੇ ਇੰਪੋਰਟੈਂਟ ਫੈਕਟਰਸ ਨੇ। ਪਹਿਲੀ ਗੱਲ ਕਿ ਇਹਦੇ ਵਿੱਚ ਇਹਨਾਂ ਨੇ 29 ਆਈਟਮਸ ਇੰਕਲੂਡ ਕੀਤੇ ਆ, ਜਿਹਦੇ ਵਿੱਚ ਉਹਦੀ ਏਜ, ਜੈਂਡਰ ਦੇ ਨਾਲ ਨਾਲ ਉਹਦਾ ਬਰਥ ਪਲੇਸ, ਮਦਰ ਟੰਗ, ਰਿਲੀਜਨ, ਇਹ ਮਤਲਬ ਦੀਸ ਆਰ ਟੂ ਕੰਪੋਨੈਂਟ ਨਹੀਂ, ਇਹ ਟੈਕਨੋਲੋਜੀ। ਹਾਂਜੀ, ਉਸ ਤੋਂ ਬਾਅਦ ਇਦਾਂ ਨਾ ਕਰੋ, ਟਾਈਮ ਵੇਸਟ ਹੋਊਗਾ। ਮੈਨੂੰ ਇੱਕ ਸਿੰਪਲ ਸਵਾਲ ਦਾ ਜਵਾਬ ਦਿਓ, UPA ਤੇ NDA ਦੀਆਂ ਨੀਤੀਆਂ 'ਚ ਫਰਕ ਕੀ ਹੈਗਾ? ਤੁਸੀਂ ਸਵਾਲ ਕਿਉਂ ਖੜੇ ਕਰ ਦਿੰਦੇ ਹੋ ਜਦੋਂ ਇਹ BJP ਸਰਕਾਰ ਜਾਂ NDA ਸਰਕਾਰ ਕੁਝ ਕਰਦੀ ਹੈ, ਤੁਹਾਨੂੰ ਹਮੇਸ਼ਾ ਕਿੰਤੂ ਰਹਿੰਦਾ? ਕਿਉਂਕਿ ਜੀ, ਇਹ ਇਵੈਂਚੁਅਲੀ ਜੇ ਤੁਸੀਂ ਇਹ ਪੂਰਾ ਇਹਨੂੰ ਸਟੱਡੀ ਕਰੋ, ਇਹ ਇਵੈਂਚੁਅਲੀ ਤੁਹਾਡਾ NRC ਵਾਲੀ ਜਾ ਰਿਹਾ ਹੈ ਜੀ। ਇਹ ਇਵੈਂਚੁਅਲੀ, ਹਾਂਜੀ, ਤੁਸੀਂ ਇਹਨੂੰ, ਤੁਹਾਨੂੰ ਇਹ ਸ਼ੱਕ ਹੈ ਕਿ NRC ਵੱਲ ਜਾ ਰਿਹਾ ਹੈ? ਸ਼ੱਕ ਕੀ ਹੈ ਜੀ, ਇਟ ਡਿਫਾਈਨਸ ਇਟਸੈਲਫ। ਵਜਾ ਕੀ ਮੰਨਦੇ ਹੋ ਤੁਸੀਂ? ਦੇਖੋ ਜੀ, ਬਾਇਓਮੈਟ੍ਰਿਕਸ ਇਕੱਠੇ ਕਰ ਲਏ, ਉਹਦੇ ਵਿੱਚ ਬਾਇਓਮੈਟ੍ਰਿਕ ਮਨਾ ਕਰਤਾ ਹੈ ਪ੍ਰਕਾਸ਼ ਉਹ ਜੀ। ਅਮਿਤ ਸ਼ਾਹ, ਮੇਰੀ ਗੱਲ ਸੁਣੋ, ਇਹਨਾਂ ਦੀ ਸਰਕਾਰ ਦਾ ਇਹ ਨਹੀਂ ਪਤਾ ਹੁੰਦਾ, ਅਮਿਤ ਸ਼ਾਹ ਜੀ ਕੁਛ ਹੋਰ ਕਹਿੰਦੇ ਹੁੰਦੇ, ਪ੍ਰਧਾਨ ਮੰਤਰੀ ਜੀ ਕੁਛ ਹੋਰ।
बायोमेट्रिक्स ले रहे हैं उस तो बाद ने जो स्पेसिफिक रिलीजन एलिनेट कर देना है जी तो इवेंचुअली उन्होंने कह देना है भी जी तुम आपकी आइडेंटिफाई कराओ सिटीजनशिप ते उनु एनआरसी दे नाल जोड़ देना। तुहानू लगदा है गुरप्रीत मांगड़ के धर्म आधारित एनपीआर हो रहा है? यस ब्राड साहब जी, तुहाडा की सवाल है? मैं सवाल नहीं कर रहा, तुहाडा तुसी सवाल कर रहे हो हमेशा सरकार नु, तुहाडा की सवाल है जी? मेरा देखो सवाल नहीं, सवाल तो डिस्कशन है भी एनपीआर ते सीएए की है। इशू यही है भी सीएए पास करा लिया इन्होंने जिहड़ा कि रिलीजियस बेसिस है, एंटी साडा कॉन्स्टिट्यूशन है, एंटी डेमोक्रेटिक साडा सेटअप है, ये खिलाफ है और बहुत ही ब्लैक हिस्ट्री लिखने वाली गल है। और उस परसू करने वास्ते ये बार बार जड़ियाँ एन पी आर लिया या एन आर सी लिया उस डायरेक्शन में है। बड़ा क्लीयर कट वो कह चुके है भी नैक्सट स्टैप साडा एन आर सी होगा, एन आर सी जो बेस्ड अपान एन पी आर होगा। एन पी आर जो कांग्रेस का या यदा करना पहला भी जड़िया 14-15 जड़ियाँ सेंसस होए है उन्हों का मकसद होर से, इन्हों का मकसद बड़ा क्लीयर कट है, इन्होंने लुकोया नहीं, बड़ा क्लीयर है। एक रिलीजन बेस जोड़ा है उसनों आइसोलेट करने वास्ते लगातार अटैक जोड़ा वो इन की आइडियोलॉजी के मुताबिक बिफोर एंड आफ्टर रिलीजन बेस्ड लगता है तो फॉर्म देख लिया तो कितों पता लग गया कि रिलीजन बेस्ड है? सी ए जो है रिलीजन बेस नहीं है, एनपीआर जो उस डायरेक्शन क्योंकि उस डायरेक्शन में जा रहे हैं, उस डायरेक्शन है एन आर सी जो कराने इन्होंने तो मतलब की है सेंसस में बेस बना के भी कौन मुसलमान है कौन किन्ने चिर च रह रहा है। मैं आपको प्रसमजीत बहुत संखेप जवाब दियो, धर्म आधारित है एनपीआर भी? देखो एक बार जी इन्होंने सारी रजिस्ट्रेशन करनी है जी एनपीआर हैगी है, वो पिछली बारी जी 2010 दे विच होई आ उहदे विच पॉइंट 15 सीगे, ऐतकी इन्होंने एक ही करते हैं तो ऐतकी यह भी पुछणगे कि तुसीं इह दसो सानू कि तुहाडे माँ बाप किहड़ी जगह जम्मे सी ते उन्हां दी डेट किहड़ी हैगी, इहदा मतलब है वह किहड़ी जगह ते प्लेस और डेट ये दोवें बड़ियां इंपोर्टेंट गल्लां हैगियां तां कि वह जिहड़ा ट्रेस करना सिटीजनशिप दा गां बाद विच जिहड़ा फॉरनर्स दा चक्कर चलूगा वह इस दे डेटे दे आधार ते शुरू हो जाऊगा। इन्होंने उन्होंने अंकड़े वधाए है मतलब उन्होंने इनफॉर्मेशन वधाई है, ये गल ठीक है कि इसे एक्सट्रापलेट करके बाद नैशनल रजिस्टर ऑफ सिटीजन बनूगा इस गल का शंका। पर तुसीं एक गल देखो गल यह है कि जिन्हों दिन कोई इनफॉर्मेशन नहीं होंगी सी सवाए तुसी लिख तो, कोई कंप्यूटर नहीं सी, कोई फोन नहीं सी, कोई टीवी नहीं सी, कुछ आ मीडिया नहीं सीगा अंग्रेजों के टाइम की गल। जावड़ेकर ने कहा कि उन्होंने 8 सेंसस कराए तो देश में वंड के चले गए, 3 हिस्सों वंड के चले गए, 8 ही करवा रहे आए, मतलब नवा पंगा निकलूगा हुण तो स्पीड इन्नी फट जूगी किसी को कंट्रोल नहीं रहनी क्योंकि इनफॉर्मेशन सकिंटां दे विच सारी दुनिया फैल सकती है, उदों नहीं सी इन्नी फैलती। इस करके जो परपज अंग्रेजों का सीगा सेंसिस इकट्ठा करन दा, कहण नूं की हुंदा आ, कहण नूं इह सी कि देखो जी असीं टारगेटेड डिवेलपमेंट करनी आ, सानूं पता लग जाए ये कर दे, पर वो सारी उन्होंने संस्कृत भी सीखी होर भी सारा कुछ करन तो बाद कीता कि क्रिश्चियनिटी फैलाउणी सीगी उन्होंने, जोड़ा भी धर्म आउंदा उन्होंने आ सारी नॉर्थ ईस्ट जिहड़ी प्रेस बिटीरियन चर्च जां जिन्हां दे जिहड़े भी आदिवासी सी होर ना जो पहुंचे कर रहे हो कि जिवें अंग्रेजां ने कीता सी वंड पाओ ते राज करो, हो मैं ओदी शुरुआत या बिल्कुल ये अठवां इन्हां दा आ ते ओही पसूड़ी हुण फिर पै गई आ। ठीक है, मैं वापस आऊंगा। हरजीत बोलन, किन्नी क आइडेंटिटी तुहानूं चाहीदी है? आधार कार्ड साडे कोल हैगा, आधार कार्ड जे पूरा नहीं होया जां दे विच कमियां पिछियां हैगियां दूर कर लो ना, हर चीज़ डाकूमेंट डाकूमेंटेशन विच ही फसाया हुआ तुसीं नागरिक नूं, नागरिक दा असली डाटाबेस है तुसीं उहदे बारे गल ही नहीं करदे पे। देखो इस तरह सेंसिस जिहड़ी गल चली है 7 सेंसिस पहलां इत्थे हो चुके और उहदा जिहड़ा मेन मकसद हुंदा है आइडेंटिफाई करना किन्ने यंगस्टर्स ने, किन्ने बच्चे ने, किन्नियां फीमेल ने, किन्ने उहदे विच कास्ट वाइज हैगा, रिलीजन वाइज जिहड़ा डिवीजन आउंदी हैगी, किन्ने बंदे ने, किन्ने किसान ने, किन्ने मजदूर ने, हर चीज़ विच तुहाडे कोल डाटा आ जांदा हैगा। और कंट्री का कोई भी जो सिस्टम है, देखो मेरे नाल मेरे कांग्रेस के प्रवक्ता बैठे ने, इन्हां दीयां सरकारां रहियां ने वह भी करवाउंदियां रहियां और इसे करके कराए जाते हैं कि उस हिसाब नाल तुसीं अगे डिवेलपमेंट की गल करते हो, उस हिसाब नाल तुसीं किसानी की गल करते हो, नौजवानों की गल करते हो, किन्नियां नौकरियां होनी चाहीदियां ने और किन्ने मजदूर ने उन्होंने किस हिसाब नाल ही करना है, किहड़े एरिया च की कीती गल मुद्दा कौन बन जांदा, मैनूं समझ नहीं आ रहा क्योंकि वो कहिंदे वी तुहाडी इंटेंशन ते सवाल आ, नहीं नहीं टेंशन नहीं हैगा, वो कहिंदे वी असीं करिए ते जिहड़े हैगा जी सब ठीक है, लेकिन जे अगर दूसरा कर रहा है तो सारा गलत है। ये चीज़ा अज दियां नहीं लागू होने शुरू हुई हैं, कोई टाइम सीगा मैं हुणे पहलां भी दसदा हटिया सीगा जदों बाहर बैठे सी कि राशन कार्ड एक मैंडेटरी सीगा, चाहे तुसीं राशन लैणा जां नहीं लैणा, चाहे तुसीं उस दायरे च आउंदे हो जां नहीं आउंदे हो, एज ए आइडेंटिटी प्रूफ उहनूं मन्निया जांदा सीगा।
ਤੁਸੀਂ ਅੱਜ ਪਾਸਪੋਰਟ ਵੀ ਬਣਾਉਣਾ ਅਤੇ ਰਾਸ਼ਨ ਕਾਰਡ ਲੱਗਦਾ ਸੀ ਨਾਲ ਜੀ, ਔਰ ਹੌਲੀ ਹੌਲੀ ਉਹ ਫਰਦਰ ਅੱਗੇ ਆਇਆ, ਸਾਡੇ ਵੋਟਰ ਕਾਰਡ ਆ ਗਿਆ, ਵੋਟਰ ਕਾਰਡ ਐਜ਼ ਜਿਹੜਾ ਤੁਹਾਡਾ ਆਈਡੈਂਟੀਫਿਕੇਸ਼ਨ ਬਣ ਗਿਆ, ਵੋਟਰ ਕਾਰਡ ਤੋਂ ਬਾਅਦ ਵਿੱਚ ਹੁਣ ਆਧਾਰ ਕਾਰਡ ਆ ਗਿਆ, ਆਧਾਰ ਕਾਰਡ ਐਜ਼ ਆਈਡੈਂਟੀਫਿਕੇਸ਼ਨ ਬਣ ਗਿਆ। ਲੇਕਿਨ ਅੱਜ ਅਗਰ ਅਸੀਂ ਇਹ ਕਰਨ ਜਾ ਰਹੇ ਹਾਂ ਕਿ ਇੱਕ ਤੁਹਾਡਾ ਜਿਸ ਤਰ੍ਹਾਂ ਬਾਕੀ ਕੰਟਰੀਜ਼ ਨੇ ਉੱਥੇ ਇੱਕ ਤੁਹਾਡਾ ਸਿਟੀਜ਼ਨਸ਼ਿਪ ਕਾਰਡ ਹੈ ਜਾਂ ਤੁਹਾਡਾ ਇੱਕ ਮੇਨ ਕਾਰਡ ਬਣ ਜਾਏ ਜਿਹਦੇ ਵਿੱਚ ਤੁਹਾਡੇ ਪੈਨ ਵਗੈਰਾ ਸਾਰਾ ਕੁਛ ਸਾਰਾ ਡਾਟਾ ਉਹਦੇ 'ਚ ਤੁਹਾਡਾ ਹੋਵੇ, ਔਰ ਇਹਦੇ 'ਚ ਕਿਸੇ ਦੇ ਕੋਈ ਫਿੰਗਰਪ੍ਰਿੰਟ ਹੀ ਲੈ ਜਾ ਰਹੇ, ਹਾਲਾਂਕਿ ਆਧਾਰ ਕਾਰਡ 'ਚ ਫਿੰਗਰਪ੍ਰਿੰਟ ਵੀ ਲਏ ਆ, ਉਹ 'ਚ ਆਈਜ਼ ਦਾ ਵੀ ਹੈਗਾ ਉਹ ਵੀ ਲਿਆ ਹੈਗਾ, ਉਹ 'ਚੋਂ ਇੰਨਾ ਆਪਾਂ ਨਿਕਲੇ ਹੈਗੇ ਹਾਂ, ਠੀਕ ਹੈ, ਲੋਕਾਂ ਨੇ ਲਾਈਨਾਂ ਲਾ ਕੇ ਉਹ ਬਣਵਾਏ ਹੈ, ਉਹਦੇ ਵੀ ਸਵਾਲ ਬੜੇ ਉੱਠੇ ਆ, ਆਧਾਰ ਕਾਰਡ ਜਿਹੜਾ ਹੈਗਾ ਬਹੁਤ ਸਾਰਾ ਜਿਹੜਾ ਡਾਟਾ ਹੈਗਾ ਜਾਂ ਆਧਾਰ ਕਾਰਡ ਜਿਹੜੇ ਹੈਗੇ ਉਹ ਵੀ ਨਕਲੀ ਬਣੇ ਨੇ। ਨਕਲੀ ਅਸਲੀ ਦੀ ਲੜਾਈ ਚੱਲ ਰਹੀ ਹੈਗੀ, ਇੱਕ ਦੇਸ਼ ਕਿੰਨੀ ਪਛਾਣ, ਅਸੀਂ ਸਵਾਲ ਇਹ ਪੁੱਛ ਰਹੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਹੋਰ ਸਵਾਲ ਪੁੱਛਣੇ ਜ਼ਰੂਰ ਹੈਗੇ ਆ, ਕਿਉਂਕਿ ਸਵਾਲਾਂ ਦੇ ਵਿੱਚ ਸਵਾਲ ਖੜ੍ਹੇ ਹੋ ਰਹੇ ਆ, ਅਤੇ ਜਦੋਂ ਇੰਟੈਂਸ਼ਨ 'ਤੇ ਸਵਾਲ ਖੜ੍ਹੇ ਹੋਣ ਤਾਂ ਫਿਰ ਸਵਾਲ ਪੁੱਛਣ ਲਾਜ਼ਮੀ ਹੁੰਦੇ ਆ। ਬ੍ਰੇਕ ਤੋਂ ਵਾਪਸ ਆ ਰਹੇ ਦੇਸੀ ਜਨਤਾ ਕੇ ਖੜੀਆਂ ਦਰਪੇਸ਼ ਮੁਸ਼ਕਲਾਂ, ਸੂਚੀ ਸਿਆਸਤ ਕਿਹੜੇ ਡਾਟਾਬੇਸ 'ਚ ਰੱਖੇਗੀ, ਉਹਨਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀਗੀ। ਹਾਂ ਭੱਲੋ ਸਾਹਿਬ, ਆਪਣੀ ਗੱਲ ਪੂਰੀ ਕਰ ਲਓ। ਜਿਹੜੀ ਗੱਲ ਇੱਥੇ ਵਾਰ ਵਾਰ ਇੱਕ ਚੱਕੀ ਜਾ ਰਹੀ ਹੈਗੀ ਹੈ ਕਿ ਜੇ ਰਿਲੀਜੀਅਸ ਬੇਸ ਦੇ ਉੱਤੇ ਜਿਹੜਾ ਹੈਗਾ ਇਸ 'ਚੋਂ ਵੰਡਿਆ ਜਾਏਗਾ ਜੀ, ਉਹਨਾਂ ਨੂੰ ਕੱਢ ਦਿੱਤਾ ਜਾਏਗਾ, ਵਾਰ ਵਾਰ ਸਾਡੇ ਹਰ ਇੱਕ ਪ੍ਰਵਕਤਾ ਨੇ ਇਹ ਕਹਿਤਾ ਹੈ ਔਰ ਸਾਡੇ ਲੀਡਰਸ਼ਿਪ ਨੇ ਵੀ ਕਿਹਾ ਹੈ ਕਿ ਇਹਦੇ ਵਿੱਚ ਰਿਲੀਜੀਅਸ ਬੇਸਡ ਕੋਈ ਵੀ ਡਿਵੀਜ਼ਨ ਨਹੀਂ ਹੈਗੀ। ਜਿਹੜੇ ਇੱਥੋਂ ਦੇ ਸਿਟੀਜ਼ਨ ਨੇ, ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ, ਜਿਹੜਾ ਇੱਥੋਂ ਦਾ ਜੰਮਪਲ ਹੈ, ਉਹ ਇੱਥੋਂ ਦਾ ਹੀ ਸਿਟੀਜ਼ਨ ਹੈ, ਉਹ ਬਾਹਰੋਂ ਨਹੀਂ ਹੈ। ਅਸੀਂ ਆਈਡੈਂਟੀਫਾਈ ਕਰਨੇ ਨੇ ਜਿਹੜੇ ਲੋਕ ਬਾਹਰੋਂ ਦੀ ਇਨਲੀਗਲ ਵੇਜ ਆਏ ਹੋਏ ਨੇ, ਅਗਰ ਅਸੀਂ ਐਸੇ ਲੋਕਾਂ ਨੂੰ ਆਈਡੈਂਟੀਫਾਈ ਕਰਨਾ ਚਾਹੁੰਦੇ ਹਾਂ ਜਿਹੜੇ ਇਨਲੀਗਲ ਵੇ ਦੇ ਵਿੱਚ ਇੱਥੇ ਆਏ ਹੋਏ ਨੇ, ਉਹ 'ਚ ਕਿਸੇ ਨੂੰ ਕੀ ਪ੍ਰੋਬਲਮ ਹੈ, ਔਰ ਉਹਨੂੰ ਇਸ ਚੀਜ਼ ਨਾਲ ਜੋੜ ਕੇ ਕਿਉਂ ਦੇਖਿਆ ਜਾ ਰਿਹਾ, ਜਿਹੜਾ ਇੱਥੋਂ ਦਾ ਮੁਸਲਮਾਨ ਹੈ ਉਹਨੂੰ ਕਿਉਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਕਿ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਕੱਢ ਦੇਣਾ। ਮੈਂ ਸੋਚ ਰਿਹਾ ਸੀਗਾ ਤੁਹਾਡੇ ਵਿਰੋਧੀ ਇਹ ਸਵਾਲ ਲੈ ਕੇ ਉਹਨੂੰ, ਤੁਸੀਂ ਆਪ ਹੀ ਸਵਾਲ ਲਗਾਉਣਾ ਚਾਹੁੰਦੇ ਹੋ। ਮੈਂ ਦੱਸਦਾ ਇੱਕ ਮਿੰਟ ਪੂਰਾ ਕਰ ਲੈਂਦੇ ਜੀ। ਚੱਕਰ ਇਹ ਹੈ ਕਿ ਜਿਹੜੀਆਂ ਦੋ ਮੇਜ਼ਰ ਪਾਰਟੀਜ਼ ਕਿਸ ਟਾਈਮ ਜਿਹਨਾਂ ਨੇ ਪਾਵਰ ਪੂਰੀ ਹੰਡਾਈ ਹੈ, ਅੱਜ ਉਹ ਹਾਸ਼ੀਏ 'ਤੇ ਨੇ। ਉਹ ਅੱਜ ਕਿਸੇ ਨਾ ਕਿਸੇ ਨੂੰ ਇੱਕ ਆਪਣੀ ਵਿਸਾਖੀ ਬਣਾ ਕੇ ਕਿਸੇ ਦਾ ਕਿਸੇ ਦੇ ਮੋਢੇ ਨੂੰ ਯੂਜ਼ ਕਰਕੇ, ਔਰ ਉਹਦੇ 'ਚ ਬੜਾ ਸੌਖਾ ਲੱਗ ਰਿਹਾ ਵੀ ਆਹ ਜਿਹੜਾ ਇੱਕ ਰਿਲੀਜੀਅਸ ਬੇਸ ਪੰਗਾ ਹੈਗਾ ਇਹਨੂੰ ਆਪਾਂ ਚੱਕ ਲਈਏ ਔਰ ਇਹਦੇ ਨਾਲ ਜਿਹੜਾ ਹੈਗਾ ਅਸੀਂ ਅੱਗੇ ਆ ਜਾਈਏ। ਇਹਦੇ 'ਚ ਜਿੱਦਣ ਇਹ ਬਣਨਾ ਸ਼ੁਰੂ ਹੋਇਆ, ਜਿੱਦਣ ਇਹ ਲਾਗੂ ਹੋ ਗਿਆ, ਜਿੱਦਣ ਇਹ ਲੋਕਾਂ ਨੇ ਔਨਲਾਈਨ ਭਰਨਾ ਸ਼ੁਰੂ ਕਰਤਾ, ਆਪਣੇ ਆਪ ਲੋਕਾਂ ਨੂੰ ਕਲੀਅਰ ਹੋ ਜਾਣਾ ਵੀ ਉਹ 'ਚ ਹੈ ਕੀ। ਭੱਲੋ ਸਾਹਿਬ ਵੈਸੇ ਤੁਹਾਨੂੰ ਸੌਖਾ ਨਾ ਇਹ ਰਸਤਾ ਸੌਖਾ ਹੈਗਾ ਕਿ ਆਪੇ ਵਿਰੋਧੀ ਭੜਕ ਰਹੇ ਆ, ਤੁਹਾਡਾ ਜਿਹੜਾ ਏਜੰਡਾ ਹੈਗਾ ਉਹ ਕਲੀਅਰ ਹੋ ਰਿਹਾ ਆਪਣੇ। ਸਾਡਾ ਕੀ ਏਜੰਡਾ ਹੈਗਾ? ਜੇ ਅਸੀਂ ਦੇਸ਼ ਲਈ ਕੁਛ ਕਰਨਾ ਚਾਹੁੰਦੇ ਹਾਂ ਕਿ ਇੱਕ ਆਈਡੈਂਟੀਫਿਕੇਸ਼ਨ ਲੋਕਾਂ ਦੀ ਬਣਾਉਣਾ ਚਾਹੁੰਦੇ ਹਾਂ, ਇੱਕ ਚਿਪ ਬੇਸਡ ਕਾਰਡ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਔਰ ਸਿੰਗਲ ਕਾਰਡ ਦੇ ਉੱਤੇ ਸਾਰਾ ਕੁਛ ਕਰਨਾ ਚਾਹੁੰਦੇ ਹਾਂ, ਤੁਸੀਂ ਕੀ ਪ੍ਰੋਬਲਮ? ਇਸ ਲਈ ਕਰ ਲਓ ਨਾ, ਨੌਕਰੀਆਂ ਦੇ ਦਿਓ ਬੇਰੁਜ਼ਗਾਰ ਨੌਜਵਾਨਾਂ ਨੂੰ, ਦੇ ਦਿਓ, ਤੁਹਾਨੂੰ ਕਿਹਨੇ ਰੋਕਿਆ? ਕੀ ਸੈਂਸਸ ਪਹਿਲਾਂ ਨਹੀਂ ਹੋਏਗੇ? 7 ਵਾਰੀ ਪਹਿਲਾਂ ਹੋ ਚੁੱਕੇ ਆ, ਜੇ ਅੱਜ 8ਵਾਂ ਹੋਣ ਜਾ ਰਿਹਾ ਤਾਂ ਤਕਲੀਫ ਕਾਹਦੀ ਹੈ? 3-4 ਵਧੀਆ ਛੋਟੇ ਛੋਟੇ ਪੁਆਇੰਟਸ ਹੈ। ਆਲਰੇਡੀ ਇਹਨਾਂ ਨੇ NRC ਅਸਾਮ ਦੇ ਵਿੱਚ ਕੀਤਾ, 1200 to 1600 crore ਦੇ ਵਿੱਚ ਇਹਨਾਂ ਨੇ ਉਹਨੂੰ ਉਹਦੇ 'ਤੇ ਸਪੈਂਡ ਕੀਤਾ, ਅਤੇ ਹੁਣ ਇਹ ਕਹਿ ਰਹੇ ਵੀ ਅਸੀਂ ਉਹਦੇ ਨਾਲ ਸੈਟਿਸਫਾਈ ਨਹੀਂ, ਜਿਹੜਾ ਤੁਸੀਂ ਕਹਿ ਰਹੇ ਨਾ ਰੌਲਾ ਕਿਉਂ ਪਾ ਰਹੇ। ਦੂਜੀ ਗੱਲ, ਜਿਹੜਾ ਸਿਟੀਜ਼ਨ ਰੂਲ ਹੈਗਾ 2003 ਜਿਹਦੇ ਅਧੀਨ ਇਹ ਗੱਲ ਕਰ ਰਹੇ ਆ, ਰਜਿਸਟ੍ਰੇਸ਼ਨ ਆਫ ਸਿਟੀਜ਼ਨ ਐਂਡ ਇਸ਼ੂ ਆਫ ਨੈਸ਼ਨਲ ਆਈਡੈਂਟੀ ਕਾਰਡਸ, ਠੀਕ ਹੈ ਜੀ, ਉਹ ਕਹਿੰਦਾ ਹੈ, ਇਨ ਪਰਟੀਕੁਲਰ ਕਹਿ ਰਿਹਾ, ਐਵਰੀ ਫੈਮਿਲੀ ਐਂਡ ਇੰਡੀਵਿਜੁਅਲ ਫਾਊਂਡ ਇਨ ਦੀ ਪਾਪੂਲੇਸ਼ਨ ਰਜਿਸਟਰ ਸ਼ੈਲ ਬੀ ਵੈਰੀਫਾਈਡ ਐਂਡ ਸਕਰੂਟੀਨਾਈਜ਼ ਬਾਈ ਦੀ ਲੋਕਲ ਰਜਿਸਟਰ, ਇਨ ਦੀ ਪ੍ਰੋਸੈਸ ਡਿਟੇਲਸ ਆਫ ਦੋਜ ਸਿਟੀਜ਼ਨਸ਼ਿਪ ਇਫ ਫਾਊਂਡ ਡਾਊਟਫੁਲ ਵਿਲ ਬੀ ਐਂਟਰਡ ਵਿਦ ਅ ਕਮੈਂਟ ਸੁਜੈਸਟਿੰਗ ਫਰਦਰ ਇਨਕੁਆਇਰੀ। ਹੁਣ ਉਦੋਂ ਬਾਅਦ ਤੁਸੀਂ ਜਿਹੜਾ ਅਸੀਂ ਕਹਿ ਰਹੇ ਵੀ ਧਰਮ ਨੂੰ ਤੁਸੀਂ ਵਿੱਚ ਕਰ ਰਹੇ ਹੋ, ਇਹਨਾਂ ਨੇ ਕੀ ਕਰਨਾ ਹੈ? ਇਹਨਾਂ ਨੇ ਉਹ ਪਰਟੀਕੁਲਰ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਕਿਹਾ, ਪੇਰੈਂਟਸ ਦੇ ਟਾਈਮ ਅਤੇ ਬਰਥ ਪਲੇਸ ਆਫ ਬਰਥ, ਇਹਨਾਂ ਨੇ ਉਹਨਾਂ ਨੂੰ ਕਲੱਬ ਕਰ ਦੇਣਾ ਅਤੇ ਇਵੈਂਚੁਅਲੀ ਉਹਨੂੰ ਕਹਿ ਦੇਣਾ ਜੀ ਇਹ ਤਾਂ ਇਲੀਗਲ ਮਾਈਗ੍ਰੈਂਟਸ ਨੇ, ਇਹਨਾਂ ਦੇ ਤਾਂ ਮਾਂ ਬਾਪ ਉੱਥੇ ਸੀਗੇ ਜਾਂ ਉੱਥੇ ਸੀ, ਔਰ ਇਹਦੇ 'ਚ ਜ਼ਿਆਦਾ ਮਾਤੜਾ ਨੇ ਰਗੜੇ ਜਾਣਾ ਕਿਉਂਕਿ ਉਹਨਾਂ ਕੋਲ ਡਿਟੇਲਸ ਹੀ ਹੈ ਨਹੀਂ ਗਿਆ। ਇਸ ਤੋਂ ਇਲਾਵਾ ਇਹ ਕਹਿ ਰਹੇ ਆ ਜਾਵੜੇਕਰ ਜੀ ਨੇ ਕਿਹਾ ਜੀ ਮੋਬਾਈਲ ਐਪ ਦੇ ਥਰੂ ਅਸੀਂ ਕਰਾਂਗੇ, ਤੁਹਾਡੇ ਕੋਲ ਆਧਾਰ ਦਾ ਡਾਟਾ ਤਾਂ ਸੰਭਾਲਿਆ ਨਹੀਂ ਜਾਂਦਾ, ਮੋਬਾਈਲ ਐਪ ਦੇ ਥਰੂ ਕਰੋਗੇ। ਇੱਕ ਸਿੰਪਲ ਜਿਹਾ ਸਵਾਲ ਹੈ, ਇਹ ਸਰਕਾਰ ਕਰੂਗੀ ਜਾਂ ਪ੍ਰਾਈਵੇਟ ਕੰਪਨੀ ਕਰੂਗੀ? ਕਿਉਂਕਿ
अज कई थावां ते पेटीएम नूं किहने अधिकार देता भी वो तुहाडे बायोमैट्रिक्स लवे कि ये सुप्रीम कोर्ट के आदेशों की उलंघना नहीं भी प्राइवेट कंपनी तुहाडे बायोमैट्रिक्स नहीं लै सकती और शरेआम लै रही है ये सरकार कुछ कर ही नहीं रही है ये तो साडा डेटा लैके वेचणगे आधार कार्ड इन्हां दे जिहड़ा आधार डाटा आ ਉਹ ਇੰਨਾ ਕੁ ਮਤਲਬ ਪ੍ਰੋਨ ਹੈ ਕਿ ਕੋਈ ਵੀ ਉਹਨੂੰ ਹੈਕ ਕਰ ਸਕਦਾ ਹੈ ਇਹਨਾਂ ਕੋਲੋਂ ਉਹ ਦੇਖਿਆ ਨਹੀਂ ਜਾਂਦਾ ਹੈਗਾ ਅਤੇ ਇਹ ਹਲੇ ਵੀ ਕਹਿ ਰਹੇ ਜੀ ਅਸੀਂ ਮੋਬਾਈਲ 'ਤੇ ਕਰ ਦਾਂਗੇ ਤੁਹਾਡੇ ਕੋਲ ਕੋਈ ਮੈਕਨਿਜ਼ਮ ਤਾਂ ਹੋਵੇ ਹਵਾ ਦੇ ਵਿੱਚ ਤੁਸੀਂ ਗੱਲਾਂ ਉਹਦੇ 'ਤੇ ਕਿੰਨੀ ਕੋਸਟ ਆਉਣੀ ਹੈ ਤਾਂ ਨੌਕਰੀਆਂ ਹੈ ਨਹੀਂ ਆਪਣੀ ਜਿਹੜੀ ਇਕੋਨਮੀ ਆ ਉਹ ਕਿੱਥੇ ਜਾਈ ਜਾਂਦੀ ਹੈ ਇਹ ਸਿਰਫ ਤਾਂ ਕੇਪੀ ਜੀ ਕੁਛ ਨਹੀਂ ਗਾ ਇਹ ਲੋਕਾਂ ਨੂੰ ਜਿਹੜੇ ਰੀਅਲ ਇਸ਼ੂਜ਼ ਨੇ ਨਾ ਜੀ ਉਹਨਾਂ ਤੋਂ ਡਿਵਰਟ ਵੀ ਕੀਤਾ ਜਾ ਰਿਹਾ ਹੈ ਠੀਕ ਹੈ ਬਰਾੜ ਸਾਹਿਬ ਜੀ ਜੀ ਇੱਕ ਤਾਂ ਦੋ ਸਵਾਲ ਹੈ ਕਿ ਇੱਕ ਤਾਂ ਕਹਿ ਰਹੇ ਐਪ ਜ਼ਰੀਏ ਕਰ ਰਹੇ ਆ ਆਧਾਰ ਕਾਰਡ ਦਾ ਡਾਟਾ ਪਹਿਲਾਂ ਸੇਵ ਨਹੀਂ ਰੱਖ ਸਕੇਗੇ ਤੁਹਾਡਾ ਵੀ ਇਹੀ ਸਵਾਲ ਹੈਗਾ ਨਾਲ ਮੈਂ ਦੂਜਾ ਸਵਾਲ ਇਹ ਹੈ ਜਿਹੜਾ ਰੀਅਲ ਇਸ਼ੂਸ ਆ ਜਿਹੜਾ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਅਤੇ ਨਾਗਰਿਕ ਖੇਡੀ 'ਚੋਂ ਬਸ ਦੇਖੋ ਜੀ ਇਸ਼ੂ ਗੱਲ ਇਹ ਹੈ ਵੀ ਸੈਂਸਸ ਜਿਹੜੇ ਆ ਪਹਿਲਾਂ ਵੀ ਹੁੰਦੇ ਰਹੇ ਅਤੇ ਹੋਣੇ ਵੀ ਚਾਹੀਦੇ ਆ ਕੋਈ ਮਾੜੀ ਗੱਲ ਨਹੀਂ ਸੈਂਸਸ ਪਰ ਸੈਂਸਸ ਜਿਹੜੇ ਪਹਿਲਾਂ ਹੋਏ ਅਤੇ ਹੁਣ ਹੋਏ ਦਾ ਡਿਫਰੈਂਸ ਹੈ ਇਹਨਾਂ ਦੀ ਅਟੈਂਸ਼ਨ ਦਾ ਹੀ ਫਰਕ ਹੈ ਜੇ ਸੈਂਸਸ ਹੋਵੇ ਸਾਨੂੰ ਕੀ ਤਰ੍ਹਾਂ ਜਾਏ ਕਿਸੇ ਤਰ੍ਹਾਂ ਨਾ ਕਰ ਲਓ ਸੈਂਸਸ ਹੋਵੇ ਇਨ ਰੀਅਲ ਸੈਂਸ ਵਿੱਚ ਲੋਕਾਂ ਨੂੰ ਜਾਣਨ ਦੇ ਵਾਸਤੇ ਪਰ ਇਹ ਜੋ ਇਸ਼ੂ ਹੈ ਨਾ ਇਹ ਕੰਟੀਨਿਊਟੀ ਹੈ CAA ਪਾਸ ਕਰ ਲਿਆ ਫਿਰ ਆਈਡੈਂਟੀਫਾਈ ਕਰਨਾ NRC ਠੋ ਕੇ ਕਹਿ ਦਿੱਤਾ ਵੀ ਇਹ ਨੈਕਸਟ ਸਟੈਪ ਸਾਡਾ NRC ਹੈ NRC ਬੇਸਡ ਅਪਾਨ ਕੀ ਹੋਊਗਾ ਸੈਂਸਸ ਦੇ ਆਧਾਰ ਦੇ ਉੱਤੇ ਹੋਊਗਾ ਸੈਂਸਸ ਜਿਹੜਾ ਇਹਨਾਂ ਨੇ ਬੜਾ ਪਚੀਜਾ ਜਿਹਾ ਬਣਾ ਦਿੱਤਾ ਸਾਰਾ ਜਿੱਦਾਂ ਵੀ ਇਹਨਾਂ ਨੇ ਕਰਨਾ ਉਹਦੇ ਮੁਤਾਬਕ ਫਿਰ ਇੱਕ ਖਾਸ ਕਮਿਊਨਿਟੀ ਨੂੰ ਇਹ ਖਾਸ ਰਿਲੀਜਨ ਨੂੰ ਅਟੈਕ ਕਰਨ ਦਾ ਹੀ ਮੁੱਦਾ ਇਹਨਾਂ ਦਾ ਇਹਨਾਂ ਦੀ ਨੀਅਤ 'ਤੇ ਹੀ ਸ਼ੱਕ ਹੈ ਇਹ ਜਿਹੜਾ ਕਹਿੰਦੇ ਨਹੀਂ ਜੀ ਇਹ ਤਾਂ ਅਸੀਂ ਆਮ ਸੈਂਸਸ ਕਰ ਰਹੇ ਇਹ ਵਿਸ਼ਾ ਹੀ ਕਹਿੰਦੇ ਹੁੰਦੇ ਆ ਪਰ ਅਲਟੀਮੇਟਲੀ ਇਹਨਾਂ ਦਾ ਮਨੋਰਥ ਜਿਹੜਾ ਉਹ ਸਾਡੇ ਸਾਹਮਣੇ ਹੈ ਭਾਵੇਂ JNK ਹੋਵੇ CAA ਹੋਵੇ ਕੁਛ ਵੀ ਹੋਵੇ ਔਰ ਅਸਲੀਅਤ ਇਹ ਹੈ ਵੀ ਅਸਲੀ ਜਿਹੜੇ ਮੁੱਦੇ ਆ ਅਨਪਲਾਇਮੈਂਟ ਦਾ ਇਕੋਨਮੀ ਕ੍ਰਾਈਸਿਸ ਹੈ ਸਾਰੀ ਦੁਨੀਆ ਦੇ ਨਾਲੋਂ ਥੱਲੇ ਡਾਊਨ ਜਾ ਰਹੀ ਹੈ 5% ਤੋਂ ਥੱਲੇ ਚਲੀ ਗਈ ਹੈ ਬੰਗਲਾਦੇਸ਼ ਪਾਕਿਸਤਾਨ ਅਫਗਾਨਿਸਤਾਨ ਤੋਂ ਵੀ ਥੱਲੇ ਚਲੀ ਗਈ ਹੈ ਇਹਦੇ ਵੱਲ ਆਉਂਦੇ ਨਹੀਂ ਇਹਦੇ ਵੱਲ ਕੁਛ ਕਹਿਣਾ ਹੀ ਨਹੀਂ ਚਾਹੁੰਦੇ ਕ੍ਰਾਈਸਿਸ ਇੰਨਾ ਜ਼ਿਆਦਾ ਬੈਠ ਗਿਆ ਵੀ ਦੇਸ਼ ਜਾਊ ਕਿੱਧਰ ਇਹ ਕਹਿੰਦੇ ਹੈ ਵੀ ਹੁਣ 2-3 ਸਾਲਾਂ 'ਚ ਅਸੀਂ ਬਣਾ ਦਾਂਗੇ 5 ਬਿਲੀਅਨ ਟ੍ਰਿਲੀਅਨ ਦੀ ਅਸੀਂ ਇਕੋਨਮੀ ਬਣਾ ਦਿਆਂਗੇ ਬਣਾ ਕਿੱਥੋਂ ਦੇਣਗੇ ਤੁਹਾਡੀ ਤਾਂ ਅਸੀਂ ਤਾਂ ਬੰਗਲਾਦੇਸ਼ ਨਾਲ ਥੱਲੇ ਜਾ ਰਹੇ ਹਾਂ ਦਿਸ ਇਸ ਇਹਨਾਂ ਨੂੰ ਡਿਵਲਟ ਕਰਨ ਦੇ ਵਾਸਤੇ ਇਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਮਿਲ ਲੈਂਦਾ ਪ੍ਰਸਾਦ ਪਾਈ ਰੱਖਣੇ ਆ ਮਿਲ ਲੈਂਦਾ ਕਿ ਵਿਰੋਧੀ ਵੀ ਉਸੇ ਟ੍ਰੈਪ ਵਿੱਚ ਫਸੇ ਹੋਏ ਆ ਜਿਹੜਾ ਜਾਲ ਉਹ ਵਿਛਾ ਰਿਹਾ ਤੁਸੀਂ ਲੋਕ ਵੀ ਉਹਨਾਂ 'ਚ ਫਸੇ ਹੋਏ ਹੋ ਤੁਸੀਂ ਲੋਕ ਜੇ ਚਾਹੋ ਤਾਂ ਆਮ ਲੋਕਾਂ ਨੂੰ ਜਾਗਰੂਕ ਕਰੋ ਭਾਈ ਤੁਹਾਡੇ ਰੀਅਲ ਇਸ਼ੂਸ ਹੋਏ ਇਹਨਾਂ ਦੀ ਗੱਲ ਕਰੋ ਅਸੀਂ ਇਹੀ ਕਹਿ ਰਹੇ ਹਾਂ ਅਸੀਂ ਲੋਕਾਂ ਟਾਈਮ ਮਿਲਦਾ ਟਾਈਮ ਲੱਗਦਾ ਦੇਖੋ ਟਾਈਮ ਲੱਗਦਾ ਔਰ ਟਾਈਮ ਲੋਕ ਸਾਨੂੰ ਵੀ ਆਰ ਫੁੱਲੀ ਕੌਨਫੀਡੈਂਟ ਇੰਡੀਅਨ ਜਿਹੜੀ ਡੈਮੋਕ੍ਰੇਸੀ ਆ ਟਾਈਮ ਲੈਂਦੀ ਹੈ ਪਰ ਲੋਕ ਅਵੇਕਨਿੰਗ ਹੋ ਰਹੇ ਆ ਵਟ ਹੈਪਨਡ ਇਨ ਇਹ ਝਾਰਖੰਡ 'ਚ ਕੀ ਹੋਇਆ ਪਹਿਲਾਂ ਇੱਥੇ ਹਰਿਆਣੇ 'ਚ ਕੀ ਹੋਇਆ ਮਹਾਰਾਸ਼ਟਰ 'ਚ ਕੀ ਹੋਇਆ ਔਰ ਪਿਛਲੇ 4-5 ਹੋਰ ਸਟੇਟਾਂ 'ਚ ਕੀ ਹੋਇਆ ਦੇ ਆਰ ਗੋਇੰਗ ਅੱਜ NRP ਦੀ ਗੱਲ ਕਰਕੇ NPR ਦੀ ਗੱਲ ਕਰਕੇ ਅੱਜ ਝਾਰਖੰਡ ਦੀ ਡਿਬੇਟ ਆਊਟ ਹੋ ਚੁੱਕੀ ਹੈ ਯੈਸ ਝਾਰਖੰਡ ਡਿਬੇਟ ਆਊਟ ਹੋ ਚੁੱਕੀ ਹੈ ਬਰਾੜ ਸਾਹਿਬ ਜੀ ਜੀ ਪ੍ਰਸਮਜੀਤ ਸਿੰਘ ਇਹੀ ਚਾਹੁੰਦੀ ਹੈ ਸਰਕਾਰ ਕਿ ਕੋਈ ਇਹੋ ਜਿਹੀ ਡਿਬੇਟ ਨਾ ਹੋਵੇ ਜਿਹਦੇ ਵਿੱਚ ਸਰਕਾਰ ਬੈਕਫੁੱਟ 'ਤੇ ਦਿਖੇ ਸਰਕਾਰ ਹਮੇਸ਼ਾ ਫਰੰਟ ਫੁੱਟ 'ਤੇ ਨਜ਼ਰ ਆਉਂਦੀ ਖੈਰ ਉਹ ਤਾਂ ਹੈ ਹੀ ਉਹ ਤਾਂ ਉਹਨਾਂ ਨੂੰ ਇੰਪਲੀਸਿਟ ਫਾਇਦਾ ਬਹੁਤ ਹੈਗਾ ਪਰ ਇੱਕ ਰਿਸਕ ਵੀ ਹੈਗਾ ਕਿ ਦੇਸ਼ ਨੂੰ ਜਿਹੜਾ ਇਕੱਠਾ ਰੱਖਣਾ ਜਿਸ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਐਤਵਾਰ ਵਾਲੀ ਸਪੀਚ ਸੀ ਉਹਨਾਂ ਨੂੰ ਕਿੰਨਾ ਬੈਕਫੁੱਟ 'ਤੇ ਜਾਣਾ ਪਿਆ ਔਰ ਸ਼ਰੇਆਮ ਕਹਿਣਾ ਪਿਆ ਕਿ ਅਸੀਂ ਤਾਂ ਗੱਲ ਹੀ ਨਹੀਂ ਕਰਦੇ NRC ਦੀ ਤਾਂ ਤੁਸੀਂ ਕਿੱਥੋਂ ਇਹ ਸਾਰਾ ਵਾਵਰੋਲਾ ਖੜਾ ਕਰਤਾ ਜਦਕਿ ਬਾਅਦ ਵਿੱਚ ਅਗਲੇ ਦਿਨ ਅਖਬਾਰਾਂ ਨੇ ਦੱਸਤਾ ਕਿ ਆਹ 12 ਸਟੇਟ ਹੁਣ ਬੀਜੇਪੀ ਦੇ ਆਪਦੇ ਬੰਦੇ NRC ਦੇ ਵਿਰੋਧ ਹੀ ਕਰਦੇ ਬਿਲਕੁਲ ਬਿਲਕੁਲ ਇਸ ਕਰਕੇ ਉਹ ਗੱਲਾਂ ਤੇ ਚਲੋ ਮਤਲਬ ਹੈ ਇਹਦਾ ਰਿਸਕ ਵੀ ਹੈਗਾ ਪਰ ਤੁਸੀਂ ਇੱਕ ਗੱਲ ਇਮੇਜਿਨ ਕਰਕੇ ਦੇਖੋ ਕਿ ਜਿਹੜੇ ਸਾਰੀ ਦੁਨੀਆ 'ਚ ਹੀ ਹੋ ਰਿਹਾ ਜਿਹੜਾ ਭਾਰਤ ਵਿੱਚ ਵੀ ਕਰ ਰਹੇ ਆ ਉਹ ਇਹ ਆ ਕਿ ਜਿਹੜੇ ਸਾਡੇ ਜਿਹੜੇ ਸਿਟੀਜ਼ਨ ਆ ਇੰਡੀਵਿਜੂਅਲ ਆ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਉਹਦੇ ਉੱਤੇ ਇਨਕਰੋਚ ਕੀਤਾ ਜਾ ਰਿਹਾ ਉਹਨੂੰ ਲਗਾਤਾਰ ਆਪਣੇ ਨਿਗਾਹ ਦੇ ਥੱਲੇ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਇੱਕ ਜਿਹੜਾ ਸਾਰਾ ਦੇਸ਼ ਹੈ ਇੱਕ ਵੱਡੀ ਜੇਲ੍ਹ ਵਾਂਗੂ ਲੱਗੂਗਾ ਮੈਨੂੰ ਤਾਂ ਐਂ ਲੱਗਦਾ ਕਿ ਜੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਨੂੰ ਤੁਸੀਂ ਚਿਪ ਲਾ ਦਿਓ ਅਤੇ ਉਹਨਾਂ ਦੀ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਕੋਲ ਇੱਕ ਵਾਰੀ ਆ ਜਾਏ ਤਾਂ ਸਮੁੰਦਰ ਕਾਹਦਾ ਉਹਦੇ ਘੜਾ ਬਣ ਜੂ ਉਹ ਤਾਂ ਸਾਰੀਆਂ ਸਮੁੰਦਰ ਘੜੇ ਜੋ ਕਹਿੰਦੇ ਨਾ ਘੜੇ ਦੀ ਮੱਛੀ ਵੀ ਜਦੋਂ ਮਰਜ਼ੀ ਕੱਢ ਲਓ ਅਤੇ ਫਰਾਈ ਕਰ ਲਓ ਉਹ ਸਮੁੰਦਰ ਨਹੀਂ ਰਹਿੰਦਾ ਇਸੇ ਤਰੀਕੇ ਨਾਲ ਜਿਹੜੀ ਸਾਰੀ ਇਨਫੋਰਮੇਸ਼ਨ ਹਰ ਬੰਦੇ ਬਾਰੇ ਡਿਟੇਲ ਕਿਹੜਾ ਕੀ ਕਿੱਥੇ ਔਰ ਉਸ ਨੂੰ ਇੰਨਾ ਔਰ ਇਹ 1-way ਚੈਨਲ ਹੈਗਾ ਤੁਹਾਨੂੰ ਇਨਫੋਰਮੇਸ਼ਨ ਤੁਹਾਡੀ ਉਹ ਮੋਨੀਟਰ ਕਰ ਰਹੇ ਆ ਜਿਨ੍ਹਾਂ ਨੇ ਜੋ ਵੀ ਤੁਹਾਨੂੰ ਕਰਨਾ ਕੱਲ੍ਹ ਨੂੰ ਉਹ ਤਾਂ ਚੰਗੇ ਕੰਮ ਲਈ ਕਰ ਲੈਣ ਵਾਵਾ ਭਲੀ ਤੁਹਾਨੂੰ ਕੋਈ ਚਾਰ ਫਾਇਦਾ ਹੋ ਜੂਗਾ ਪਰ ਤੁਹਾਡਾ ਰਿਸਕ ਇਹ ਆ ਕਿ ਜੇ ਉਹਨਾਂ ਦੀਆਂ ਇਲ ਇੰਟੈਂਸ਼ਨ ਹੋ ਜਾਣ ਤਾਂ ਤੁਹਾਨੂੰ ਤਬਾਹ ਕਰਨ ਵਾਲੇ ਵੀ ਉਹ ਡਾਟਾ ਲਿਜਾ ਸਕਦਾ ਤੁਹਾਡੇ ਆਪਸ ਵਿੱਚ ਜੁੰਡੇ ਵੀ ਇੱਕ ਦੂਜੇ ਨੂੰ ਫੜਾ ਸਕਦੇ ਆ ਲੜਾ ਵੀ ਸਕਦੇ ਆ ਜਾਤਾਂ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਉਹੋ ਹੀ ਇਨਫੋਰਮੇਸ਼ਨ ਲੈ ਕੇ ਕਿਉਂਕਿ ਕੰਟਰੋਲ ਕਿੱਥੋਂ ਹੋਣਾ ਕਿਹਨੇ ਯੂਜ਼ ਕਰਨਾ ਕਿਹਦੇ ਹੱਥ 'ਚ ਚਵਾਤੀ ਫੜੀ ਜਾਣੀ ਹੈ ਇਨਫੋਰਮੇਸ਼ਨ ਦੀ ਤਾਂ ਹੀ ਇਹ ਜਿੱਦਣ ਆਧਾਰ ਕਾਰਡ ਬਣਨ ਲੱਗਾ ਸੀਗਾ ਬਾਇਓਮੈਟ੍ਰਿਕਸ ਵਾਲਾ ਅਸੀਂ ਤਾਂ ਉਦੜੀ ਰੌਲਾ ਪਾਇਆ ਸੀ ਵੀ ਇਸ ਨੂੰ ਬੰਦ ਕਰੋ ਇਹ ਖਤਮ ਹੋਣਾ ਚਾਹੀਦਾ ਕਿਉਂਕਿ
ਬੰਦੇ ਦੀ ਸਿਕਿਉਰਿਟੀ ਕੋਈ ਨਹੀਂ ਔਰ ਲੋਕਾਂ ਦੀ ਜਿਹੜੀ ਆਟੋਨਮੀ ਹੈ ਉਹਨਾਂ ਦੀ ਇੱਕ ਆਜ਼ਾਦੀ ਹੈਗੀ ਥੋੜ੍ਹੀ ਬਹੁਤ ਗਰੀਬ ਬੰਦੇ ਦੀ ਜਿਵੇਂ ਆ ਹੁਣ ਜਿਹੜਾ ਲਿਆ ਕੇ ਆਪਣਾ ਡੀਮੋਨੀਟਾਈਜੇਸ਼ਨ ਨੋਟਬੰਦੀ ਵਾਲਾ ਜਿਹੜੀ ਲੋਕਾਂ ਦੀ ਆਟੋਨਮੀ ਸੀ ਮਾੜਾ ਮੋਟਾ ਗਰੀਬ ਬੰਦੇ ਦੀ ਟੈਕਸ ਨੂੰ ਅਵੇਡ ਕਰਨ ਦੀ ਸਾਰੀ ਖਤਮ ਕਰਕੇ ਤਬਾਹ ਕਰਤੀ ਉਹ ਸਾਰੇ ਸੜਕਾਂ 'ਤੇ ਆ ਗਏ ਇਸ ਕਰਕੇ ਇਹ ਜਿਹੜੀ ਲੋਕਾਂ ਦੀ ਆਟੋਨਮੀ ਹੁੰਦੀ ਆ ਥੋੜ੍ਹਾ ਸਿਸਟਮ ਦੇ ਵਿੱਚ ਰਹਿ ਕੇ ਆਪਣੀ ਸਪੇਸ ਬਣਾ ਕੇ ਰੱਖਣੀ ਆਪਣੀ ਆਜ਼ਾਦੀ ਬਣਾ ਕੇ ਰੱਖਣੀ ਪ੍ਰਾਈਵੇਸੀ ਰੱਖਣੀ ਉਸ ਦੇ ਉੱਤੇ ਵੱਡਾ ਹਮਲਾ ਆ ਔਰ ਸਾਰੀ ਇਨਫੋਰਮੇਸ਼ਨ ਲਗਾਤਾਰ ਮੈਨੂੰ ਤਾਂ ਐਂ ਇੱਕ ਜਾਣੀ ਬੜਾ ਡਰਾਉਣਾ ਜਿਹਾ ਸੀਨ ਸਾਹਮਣੇ ਆ ਰਿਹਾ ਵੀ ਜਿਵੇਂ ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖੈਰ ਬਣਾਊਗੀ ਉਹ ਹਾਲਤ ਸਾਡੇ ਸਿਟੀਜ਼ਨ ਦੀ ਬਣੀ ਹੋਈ ਹੈ। ਛੋਟਾ ਜਿਹਾ ਬ੍ਰੇਕ ਲਵਾਂਗੇ ਵੀਰੇ ਤੋਂ ਵਾਪਸ ਆਵਾਂਗੇ। ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੋਫੈਸਰ ਮਨਜੀਤ ਸਿੰਘ ਇਹ ਕਹਿਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਡਰ ਦਾ ਮਾਹੌਲ ਕਿਹਨੂੰ ਲੱਗ ਰਿਹਾ ਉਹਨਾਂ ਨੂੰ ਤਾਂ ਨਹੀਂ ਲੱਗ ਰਿਹਾ ਜਿਹੜੇ ਇਸ ਦੇਸ਼ ਵਿੱਚ ਘੁਸਪੈਠੀਏ ਬਣ ਕੇ ਆਏ ਆ ਡਰ ਉਹਨਾਂ ਤੋਂ ਨਹੀਂ ਲੱਗ ਰਿਹਾ ਜਿੰਨਾ ਡਰ ਉਹਨਾਂ ਨੂੰ ਤਾਂ ਕਿਤੇ ਲੱਗ ਰਿਹਾ ਜਿਹਨਾਂ ਦੀ ਵੋਟ ਬੈਂਕ ਖੁੱਸਦਾ ਜਾ ਰਿਹਾ ਹੈਗਾ ਡਰ ਕਿਤੇ ਉਹਨਾਂ ਤੋਂ ਨਹੀਂ ਲੱਗ ਰਿਹਾ ਜਿਹਨਾਂ ਦਾ ਡਾਟਾ ਜਿਹੜਾ ਉਹ ਸਰਕਾਰ ਕੋਲ ਚਲ ਜਾਊਗਾ ਕਿ ਜਿਹੜੇ ਘੁਸਪੈਠੀ ਉਹਨਾਂ ਦੀ ਪਛਾਣ ਹੋ ਜਾਵੇ ਕੀ ਪਰ ਸਵਾਲ ਇੱਥੇ ਆ ਕੇ ਇਹ ਹੈਗਾ ਡਰ ਕਿਤੇ ਸਰਕਾਰ ਨੂੰ ਤਾਂ ਨਹੀਂ ਹੈਗਾ ਗਾ ਸਾਡੇ ਕੋਲੋਂ ਜਿਹੜੇ ਰੀਅਲ ਇਸ਼ੂਸ ਹੈਗੇ ਆ ਜਿਹੜੇ ਹਕੀਕੀ ਮੁੱਦੇ ਹੈਗੇ ਉਹਨਾਂ ਦੀ ਗੱਲ ਨਾ ਕਰ ਲਈ ਜਾਵੇ ਉਹਨਾਂ ਦੇ ਸਵਾਲ ਨਾ ਪੁੱਛ ਲਿਆ ਕਿਤੇ ਸਰਕਾਰ ਤਾਂ ਨਹੀਂ ਡਰ ਰਹੀ। ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਪੁੱਛੂਗਾ ਜ਼ਰੂਰ ਸਰਕਾਰ ਨੂੰ। ਪਹਿਲੇ ਕੋਈ ਪੁੱਛਣ ਵੱਡਾ ਸਵਾਲ ਸੀ ਇਹ ਪੁੱਛਣ ਦੇਸ਼ ਦੀ ਜਨਤਾ ਅੱਗੇ ਖੜੀਆਂ ਦਰਪੇਸ਼ ਮੁਸ਼ਕਲਾਂ ਦੀ ਸੂਚੀ ਸਿਆਸਤ ਕਿਹੜੇ ਡਾਟਾਬੇਸ ਰੱਖੇਗੀ? ਭੁੱਲਰ ਸਾਹਿਬ ਸਵਾਲ ਇਹੀ ਹੈ ਜਿਹੜਾ ਮੈਂ ਹੁਣ ਪੁੱਛ ਕੇ ਹਟਿਆ ਪਰ ਇਸ ਸਵਾਲ ਦੇ ਨਾਲ ਇਹ ਸਵਾਲ ਹੈਗਾ ਸਰਕਾਰ ਡਰ ਰਹੀ ਹੈ ਇਸੇ ਲਈ ਡਰਾ ਰਹੀ ਹੈ। ਨਹੀਂ ਸਰਕਾਰ ਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਕਿ ਆਪਾਂ ਇਹ ਕਹੀਏ ਵੀ ਸਰਕਾਰ ਕਿਸੇ ਤੋਂ ਡਰ ਰਹੀ ਹੈ। ਅਗਰ ਡਰ ਨਹੀਂ ਹੁੰਦੀ ਤਾਂ ਫਿਰ 370 ਨਾ ਹਟਦੀ, ਜੇ ਡਰ ਨਹੀਂ ਹੁੰਦੀ 3 ਤਲਾਕ ਦਾ ਜਿਹੜਾ ਸੀ ਉਹ ਖਤਮ ਨਾ ਹੁੰਦਾ, ਜੇ ਡਰ ਨਹੀਂ ਹੁੰਦੀ ਤਾਂ ਪੁਲਵਾਮਾ ਦੇ ਜਿਹੜਾ ਬਦਲਾ ਲਿਆ ਗਿਆ ਉਹ ਨਾ ਲਿਆ ਜਾਂਦਾ ਬਾਲਾਕੋਟ ਨਾ ਹੁੰਦਾ। ਡਰ ਨਹੀਂ ਹੈ ਕਿਸੇ ਚੀਜ਼ ਦਾ ਵੀ, ਡਰ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਦੀ ਜ਼ਮੀਨ ਖਿਸਕ ਰਹੀ ਹੈ। ਜਦੋਂ ਤੁਹਾਡਾ ਜਵਾਬ ਹੀ ਹੁੰਦਾ ਨਾ ਪੁਲਰ ਸਾਹਿਬ ਇੱਕ ਧਰਮ ਵਿਸ਼ੇਸ਼ ਆਧਾਰਿਤ ਜਵਾਬ। ਨਹੀਂ ਮੈਂ ਇੱਕ ਦੱਸਦਾ ਜਵਾਬ ਸੁਣਿਓ, ਤੁਸੀਂ ਇਹ ਕਦੇ ਗਿਣਾਇਆ ਵੀ ਅਸੀਂ ਇੰਨੇ ਰੁਜ਼ਗਾਰ ਦਿੱਤੇ, ਤੁਸੀਂ ਧਾਰਾ 370 ਦਾ ਜ਼ਿਕਰ ਕਰਦੇ ਹੋ, ਟ੍ਰਿਪਲ ਤਲਾਕ ਦਾ ਜ਼ਿਕਰ ਕਰਦੇ ਹੋ, ਗੱਲ ਕੀਤੀ ਹੈ ਤੁਸੀਂ ਡਰਨ ਦੀ ਗੱਲ ਕੀਤੀ, ਮੈਂ ਉਹਦਾ ਜਵਾਬ ਦਿੱਤਾ। ਤੁਸੀਂ ਜਦੋਂ ਉਸ ਗੱਲ 'ਤੇ ਆਓਗੇ ਤਾਂ ਜਵਾਬ ਦੇ ਦੂੰਗਾ ਤੁਹਾਨੂੰ ਮੈਂ ਆ ਗਿਆ। ਸੁਣ ਲਓ ਹੁਣ ਤੁਸੀਂ ਗੱਲ, ਜਿਹੜਾ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਉਹਨਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਜਿਨ੍ਹਾਂ ਦੀ ਜ਼ਮੀਨ ਖਿਸਕ ਰਹੀ ਹੈ, ਜਿਨ੍ਹਾਂ ਦੇ ਕੋਲ ਕੋਈ ਹੁਣ ਟਿਕਾਣਾ ਨਹੀਂ ਰਹਿ ਗਿਆ, ਕੋਈ ਉਹਨਾਂ ਦੇ ਕੋਲ ਵੋਟਰ ਜਿਹੜਾ ਹੈਗਾ ਨਹੀਂ ਰਹਿ ਗਿਆ, ਔਰ ਸਪੈਸ਼ਲੀ ਜਿਹੜੇ ਇਹੋ ਜਿਹੀਆਂ ਮੂਵਮੈਂਟਸ ਚਲਾ ਰਹੇ ਨੇ ਜਿਹੜੀਆਂ ਦੇਸ਼ ਨੂੰ ਵੰਡਣ ਵਾਲੀਆਂ ਨੇ, ਜਿਹੜੇ ਦੇਸ਼ ਦੇ ਵਿੱਚ ਆਜ਼ਾਦੀ ਦੀ ਗੱਲ ਕਰ ਰਹੇ ਕਿ ਸਾਨੂੰ ਦੇਸ਼ ਦੇ ਟੁਕੜੇ ਟੁਕੜੇ ਕਰਨੇ ਆ, ਜਿਹੜੇ ਉਹਨਾਂ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੂੰ ਇੱਥੇ ਦੇਸ਼ ਦੇ ਉੱਤੇ ਅੱਤਵਾਦ ਫੈਲਾਉਣ ਦੇ ਉੱਤੇ ਫਾਂਸੀ ਦਿੱਤੀ ਜਾਂਦੀ ਉਹਨਾਂ ਨੂੰ ਪੂਛਦੇ ਨੇ, ਜਿਹੜੇ ਨਕਸਲਾਈਟ ਮੂਵਮੈਂਟਸ ਨੂੰ ਚਲਾ ਰਹੇ ਨੇ ਉਹਨਾਂ ਨੂੰ ਫਿਕਰ ਹੋਇਆ ਹੋਇਆ ਵੀ ਕੱਲ੍ਹ ਨੂੰ ਜਦੋਂ ਚਿਪ ਬੇਸਡ ਸਾਰਾ ਸਿਸਟਮ ਬਣ ਜਾਏਗਾ ਤਾਂ ਫਿਰ ਅਸੀਂ ਬੰਬ ਧਮਾਕੇ ਕਿੱਥੋਂ ਕਰਾਂਗੇ, ਫਿਰ ਅਸੀਂ ਜਿਹੜਾ ਕਤਲੇਆਮ ਕਿੱਥੋਂ ਮਚਾਵਾਂਗੇ, ਫਿਰ ਸਾਡੀਆਂ ਮੂਵਮੈਂਟਸ ਕਿੱਥੋਂ ਚੱਲਣਗੀਆਂ। ਔਰ ਦੂਸਰੇ ਪਾਸੇ ਜਿਹੜਾ ਕਾਂਗਰਸ ਆ, ਇੱਕ ਮਿੰਟ ਸਵਾਲ ਤੇ ਲੈ ਰਿਹਾ, ਕਿਹੜੇ ਆ ਜਿਹੜੇ ਬੰਬ ਧਮਾਕੇ ਕਰਾਉਂਦੇ ਆ? ਮੈਂ ਤਾਂ ਹੁਣੇ ਨਾਂ ਲਿਆ ਸੀ, ਕੌਣ ਹੈ ਉਹ ਕਿਹੜੇ ਨੇ ਤੁਹਾਨੂੰ ਪਤਾ? ਜਿਹੜੇ ਲਾਲ ਝੰਡਾ ਚੱਕ ਕੇ ਗੱਲ ਕਰਦੇ ਆ ਅੱਜ ਜਿਹੜਾ ਉੱਥੇ ਜਾਮੀਆ ਯੂਨੀਵਰਸਿਟੀ 'ਚ ਵੀ ਹੋਇਆ, ਤੁਸੀਂ ਉੱਥੇ ਦੇਖਿਆ ਹੋਊਗਾ ਕਿਹੜੇ ਝੰਡੇ ਸੀ ਉੱਥੇ, ਕਿਹੜੇ ਲੋਕ ਸੀ ਉੱਥੇ? ਕਿਹੜੇ ਲੋਕ ਸੀ ਉੱਥੇ ਜਿਹੜੇ ਬੱਸਾਂ ਫੂਕ ਰਹੇ ਸੀਗੇ, ਜਿਹੜੇ ਝੰਡੇ ਚੱਕ ਕੇ ਉੱਥੇ ਘੁੰਮ ਰਹੇ ਸੀਗੇ, ਕਿਹੜੇ ਲੋਕ ਨੇ ਜਿਹੜੇ ਇਹ ਗੱਲ ਕਰਦੇ ਆ ਵੀ ਹਾਂਜੀ ਅਫਸਲ ਦੀ ਕਿਸਾਬ ਦੀ ਗੱਲ ਕਰਦੇ? ਠੀਕ ਹੈ, ਜਵਾਬ ਮੈਨੂੰ ਤੁਹਾਡੇ ਤੋਂ ਚਾਹੀਦਾ। ਦੇਖੋ ਗੱਲ ਇਹ ਹੈ ਇਹੀ ਚੀਜ਼ ਆ ਜਿਹੜਾ ਇਸ਼ੂ ਹੈ, ਜਿਹੜੇ ਦੇਸ਼ ਦੇ ਟ੍ਰੇਟਰ ਹੈ ਜਿਹਨਾਂ ਨੇ ਗਦਾਰੀ ਕੀਤੀ ਉਹ ਦੇਸ਼ ਭਗਤ ਬਣੇ ਹੋਏ ਆ, ਉਹ ਡਿਗਰੀਆਂ ਵੰਡ ਰਹੇ ਆ। ਮੈਂ ਕਹਿਣਾ ਚਾਹੁੰਦਾ ਜਾਮੀਆ ਸਲਾਮੀਆ ਹੋਵੇ ਜਾਂ ਯੂਨੀਵਰਸਿਟੀ ਸਾਰੇ ਮੁਲਕ ਦੀਆਂ 50 ਯੂਨੀਵਰਸਿਟੀਆਂ 'ਚ ਹੜਤਾਲਾਂ ਹੋਈਆਂ, ਸਾਰੇ ਗਦਾਰ ਹੈ, ਕਰ ਦਿਓ ਉਹਨਾਂ ਨੂੰ। ਔਰ ਕੀ ਉਹ ਕੀ ਮੰਗ ਕਰਦੇ ਆ? ਡੈਮੋਕ੍ਰੈਟਿਕ ਮੂਵਮੈਂਟ ਮੰਗ ਕਰਦੇ ਆ, ਅਨਪਲਾਇਮੈਂਟ ਦੀ ਮੰਗ ਕਰਦੇ ਆ, ਐਜੂਕੇਸ਼ਨ ਸਿਸਟਮ ਦੇ ਹੱਲ ਦੀ ਮੰਗ ਕਰਦੇ ਆ। ਇਹ ਕੌਣ ਉਹਦੇ ਕਹਿਣ ਵਾਲੇ ਉਹਨੂੰ ਜੀ ਇਹ ਤਾਂ ਦੇਸ਼ ਭਗਤ ਨਹੀਂ, ਇਹ ਨਹੀਂ ਕਰਨ ਵਾਲੇ? ਔਰ ਦੂਜੇ ਪਾਸੇ ਅੱਗਾ ਕੌਣ ਲਾਉਂਦੇ ਆ? ਆਹ ਮੀਡੀਆ 'ਚ ਆ ਚੁੱਕਾ ਹੈ, ਥਾਂ ਥਾਂ 'ਤੇ ਪੁਲਿਸੀਏ ਜਿਹੜੇ ਆ ਆਪ ਅੱਗਾਂ ਲਾ ਰਹੇ ਆ, ਆਪ ਸੈਟਰ ਕਰ ਰਹੇ ਆ ਔਰ ਬਦਨਾਮ ਕਰ ਰਹੇ ਆ ਸਟੂਡੈਂਟਸ ਯੂਥ ਨੂੰ। ਕੋਈ ਸਟੂਡੈਂਟ ਡੈਮੋਕ੍ਰੈਟਿਕ ਮੂਵਮੈਂਟ, ਕੋਈ ਲਾਲ ਝੰਡੇ ਵਾਲਾ, ਕੋਈ ਵੀ ਅੱਜ ਤੱਕ ਸਾਡੀ ਹਿਸਟਰੀ ਹੈ, ਅਸੀਂ ਵਾਇਲੈਂਸ 'ਤੇ ਵਿਸ਼ਵਾਸ ਨਹੀਂ ਕਰਦੇ, ਡੈਮੋਕ੍ਰੈਟ ਮੂਵਮੈਂਟ 'ਚ ਵਿਸ਼ਵਾਸ ਨਹੀਂ। ਇਹ ਲਾਲ ਝੰਡੇ ਦੇ ਸਵਾਲ ਕੋ ਚੱਕਦੇ ਇਹੋ ਜਿਹੇ? ਚੱਲ ਜਾਣ ਬੁੱਝ ਕੇ ਇਹਨਾਂ ਦੀ ਆਈਡੀਆਲੋਜੀ ਹੈ, ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ, ਆਪਣੇ ਜਿਹੜੇ ਨਕਸਲਾਈਟ ਕੌਣ ਨੇ ਕਨਫਿਊਜ਼ ਕਰਨ ਦੇ ਵਾਸਤੇ, ਕਨਫਿਊਜ਼ ਕਰਨ ਦੇ ਵਾਸਤੇ ਇਹ ਦੱਸ ਦੇਣ ਇਹ ਕਿਤੇ ਇਹੋ ਜਿਹਾ ਕੰਮ ਨਹੀਂ ਕਰਦੇ, ਵਾਇਲੈਂਸ ਨਹੀਂ ਕਰਦੇ। ਇੱਕ ਮਿੰਟ ਭੁੱਲਰ ਸਾਹਿਬ ਜਿਹੜਾ ਸਵਾਲ ਹੈਗਾ ਆਪਾਂ ਉਹ ਸਵਾਲ ਨੂੰ ਐਡਰੈਸ ਕਰੀਏ। ਤੁਸੀਂ ਕਹਿ ਰਹੇ ਹੋ ਕਿ ਨਕਸਲਾਈਟ ਕੌਣ ਹੈ, ਮਾਓਇਸਟ ਕੌਣ ਹੈ, ਮੈਂ ਉਹ ਸਵਾਲ ਨਹੀਂ ਲੈ ਰਿਹਾ ਹੈਗਾ। ਤੁਸੀਂ ਲਾਲ ਝੰਡੇ ਦਾ ਸਵਾਲ ਖੜਾ ਕੀਤਾ, ਮੈਂ ਲਾਲ ਝੰਡੇ ਦਾ ਜਵਾਬ ਲੈ ਰਿਹਾ, ਉਸ ਦਾ ਜਵਾਬ ਦਿਓ ਨਾ। ਬਿਲਕੁਲ ਜਵਾਬ ਦੇ ਰਿਹਾ, ਉਸ ਦਾ ਜਵਾਬ ਦਿਓ। ਮੈਂ ਜਵਾਬ ਦਿੱਤਾ ਹੈ ਕਿ ਲਾਲ ਝੰਡਾ ਚੱਕ ਕੇ ਅਗਰ ਤੁਸੀਂ ਅਫਜ਼ਲ ਗੁਰੂ
ਬਿਲਕੁਲ ਹੈਗੇ ਓਕੇ ਬਰਾੜ ਸਾਹਿਬ ਬਰਾੜ ਸਾਹਿਬ ਓਕੇ ਓਕੇ ਇੱਕ ਮਿੰਟ ਆ ਰਿਹਾ ਓਕੇ ਗੱਲ ਇਹ ਹੈ ਕਨੇਯਾ ਲਾਲ ਤੇ ਇਹਨਾਂ ਨੇ ਦੋਸ਼ ਲਾਇਆ ਨਾ ਟੁਕੜੇ ਟੁਕੜੇ ਗੈਂਗ ਦਾ ਅੱਜ ਤੱਕ ਬਕਵਾਸ ਕਰੀ ਜਾਂਦੇ ਸਾਰੇ ਮੁਲਕ ਵਿੱਚ ਉਹਨੂੰ ਲਾਓ ਫਾਸੀ ਉਹਨੂੰ ਲਾਓ ਕਿਉਂ ਅੱਜ ਤੱਕ ਕਿਉਂ ਨਹੀਂ ਵਾਪਸ ਲੈਣ ਆਪਣਾ ਕਿਉਂ ਨਹੀਂ ਤੁਸੀਂ ਬਕਵਾਸ ਸ਼ਬਦ ਨਾ ਵਰਤੋ ਚਲੋ ਓਕੇ ਕਿਉਂ ਨਹੀਂ ਉਹਨਾਂ ਦੇ ਉੱਤੇ ਕਿਉਂ ਤੁਸੀਂ ਸਜ਼ਾ ਜਿਹੜੀ ਕਿਉਂ ਨਹੀਂ ਦੇ ਸਕੇ ਅੱਜ ਤੱਕ ਕੋਈ ਇਸ ਨਹੀਂ ਬਣਿਆ ਉਹਨਾਂ ਦੇ ਕਿਉਂ ਨਹੀਂ ਬਣਿਆ ਝੂਠ ਬੋਲਦੇ ਹੈ ਉਹ ਕਿਤੇ ਪ੍ਰੂਵ ਨਹੀਂ ਹੋ ਸਕਿਆ ਇਹਨਾਂ ਦੀ ਕਮੇਟੀ ਬਣੀ ਸੀ ਅੱਗੇ ਗਲਤ ਪੇਸ਼ ਕਰ ਰਹੇ ਹੈ ਲਗਾਤਾਰ ਪੇਸ਼ ਕਰ ਰਹੇ ਹੈ ਹਾਂ ਮਿਸਟਰ ਮੰਗਲ ਕੇਪੀ ਜੀ ਬਰਾੜ ਸਾਹਿਬ ਨੇ 370 ਗਣਾਤਾ ਟ੍ਰਿਪਲ ਤਲਾਕ ਗਣਾਤਾ ਫੁਲਵਾਮਾ ਦਾ ਇਹਨਾਂ ਨੇ ਕਿਹਾ ਜੀ ਬਦਲਾ ਲਿਆ ਬਰਾੜ ਸਾਹਿਬ ਦੋ ਚੀਜ਼ਾਂ ਸੋਰੀ ਪੁੱਲਰ ਸਾਹਿਬ ਦੋ ਚੀਜ਼ਾਂ ਮੈਂ ਪੁੱਛਣੀਆਂ ਚਾਹੁੰਦਾ ਪਛਾਣ ਦਾ ਹੀ ਮਸਲਾ ਸਾਰਾ ਸੋਰੀ ਪੁੱਲਰ ਸਾਹਿਬ ਸੋਰੀ ਦੋ ਚੀਜ਼ਾਂ ਮੈਂ ਪੁੱਛਣੀਆਂ ਚਾਹੁੰਦਾ ਕਿ CRPF ਨੇ ਹੋਮ ਮਿਨਿਸਟਰੀ ਨੂੰ ਜਿਹੜੇ ਜਵਾਨ ਸੀਗੇ ਉਹਨਾਂ ਦੀ ਏਅਰਲਿਫਟਿੰਗ ਵਾਲੇ ਕਿਹਾ ਸੀਗੀ ਰਿਕੁਐਸਟ ਦਿੱਤੀ ਸੀ ਕਿ ਨਹੀਂ ਦੂਜੀ ਜਿਹੜੀ ਰੋਡ ਤੇ ਉਹ ਫੁਲਵਾਮਾ ਵਾਲਾ ਅਟੈਕ ਹੋਇਆ ਤੁਹਾਨੂੰ ਪਤਾ ਉਹ ਕਿੰਨੀ ਜ਼ਿਆਦਾ ਮਿਲੀਟਰਾਈਜ਼ਡ ਜ਼ੋਨ ਹੈਗੀ ਆ ਉੱਥੇ ਪਾਸ ਤੋਂ ਬਗੈਰ ਇਹ ਹੁਣ ਦੀ ਗੱਲ ਨਹੀਂ ਅੱਜ ਤੋਂ 6 ਸਾਲ ਪਹਿਲਾਂ ਵੀ ਪਾਸ ਤੋਂ ਬਗੈਰ ਗੱਡੀ ਨਹੀਂ ਚੜ ਸਕਦੀ ਮੰਗੜ ਸਾਹਿਬ ਇਹ ਤੁਹਾਡੀ ਇੰਟੈਲੀਜੈਂਸ ਫੇਲਿਅਰ ਹੈ ਤੁਸੀਂ ਬਾਰ-ਬਾਰ ਕਹੀ ਜਾਂਦੇ ਬਾਹਰੋਂ ਆ ਕੇ ਤੁਹਾਡੇ ਤੋਂ ਇਹ ਤਾਂ ਕੀਤਾ ਨਹੀਂ ਗਿਆ ਇਹ ਤਾਂ ਤੁਸੀਂ ਜਵਾਬ ਤੁਸੀਂ ਕਿਉਂ ਨਹੀਂ ਇੱਕ ਇਨਕੁਆਇਰੀ ਬਿਠਾਈ ਹੈ ਤੁਸੀਂ ਬਗਾਨੀ ਮਾਮਾ ਦੇ ਪੁੱਤਰ 40 ਮਾਰੇ ਤੁਸੀਂ ਇਨਕੁਆਇਰੀ ਕਿਉਂ ਨਹੀਂ ਬਿਠਾਈ ਅੱਜ ਤੱਕ ਵੀ ਫੁੱਲ ਸਾਹਿਬ ਪੁੱਲ ਸਾਹਿਬ ਮੈਂ ਜਵਾਬ ਦਿੰਦਾ ਜੀ ਮੈਂ ਜਵਾਬ ਦੇ ਦੂੰ ਮੰਗੜ ਸਾਹਿਬ ਤੁਸੀਂ ਕ੍ਰੈਡਿਟ ਲੈਣ ਨੂੰ ਇਸ ਚੀਜ਼ ਦਾ ਵਾਰ-ਵਾਰ ਤੁਸੀਂ ਇੱਥੇ ਵੀ ਇਹ ਦਾਅਵਾ ਕੀਤਾ ਤਾਂ ਕਰਕੇ ਡਿਬੇਟ ਹੈ ਜਿਹੜੀ ਐਨਪੀਆਰ ਤੋਂ ਬਾਰਡਰ ਤੱਕ ਚਲੀ ਜਾਂਦੀ ਹੈ ਤੁਸੀਂ ਮੁੱਦੇ ਤੇ ਰਹੋ ਗੱਲ ਕਰੋ ਤੁਸੀਂ ਮੁੱਦੇ ਤੇ ਹੀ ਅਸੀਂ ਪੁੱਲ ਸਾਹਿਬ ਇੱਕ ਮਿੰਟ ਪੁੱਲ ਸਾਹਿਬ ਉਧਰ ਨਹੀਂ ਗਲਤ ਤੁਸੀਂ ਕਰ ਰਹੇ ਹੋ ਇਹ ਨਹੀਂ ਕਰ ਰਹੇ ਉਧਰ ਜਵਾਬ ਦਿਓ ਜਿਹੜੀ ਗੱਲ ਉਹ ਸਵਾਲ ਪੁੱਛ ਰਹੇ ਹੈਗੇ ਤੁਸੀਂ ਉਹਨਾਂ ਚੀਜ਼ਾਂ ਕ੍ਰੈਡਿਟ ਤਾਂ ਲੈਂਦੇ ਹੋ ਕਿ ਉਹਨਾਂ ਦੀ ਇਨਕੁਆਇਰੀ ਹੋਈ ਕਿਹਦਾ ਫੇਲਰ ਸੀ ਉਹ ਨਹੀਂ ਇੱਕ ਮਿੰਟ ਸੁਣ ਲਿਓ ਉਹ ਲੋਕ ਸਵਾਲ ਕਰ ਰਹੇ ਨੇ ਜਿਹੜੇ ਲੋਕ ਅੱਜ ਫੌਜੀਆਂ ਨੂੰ ਮਾਰ ਰਹੇ ਹੈ ਚਾਹੇ ਉਹ ਛੱਤੀਸਗੜ੍ਹ ਹੈ ਚਾਹੇ ਉਹ ਮੱਧ ਪ੍ਰਦੇਸ਼ ਹੈ ਚਾਹੇ ਉਹ ਸਾਊਥ ਦੇ ਬਹੁਤ ਸਾਰੀਆਂ ਸਟੇਟਾਂ ਨੇ ਜਿੱਥੇ ਉਹ ਲੋਕ ਫੌਜੀਆਂ ਨੂੰ ਮਾਰ ਰਹੇ ਆ CRPF ਨੂੰ ਮਾਰ ਰਹੇ ਆ ਹੋਰ ਲੋਕਾਂ ਨੂੰ ਮਾਰ ਰਹੀ ਹੈ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ ਉਹਨਾਂ ਨੇ ਨਾਲ ਕਹਿਣਾ ਕਿ ਇਹਨਾਂ 40 ਬੰਦੇ ਮਰਵਾ ਤੇ ਮੈਂ ਉਹਦੀ ਗੱਲ ਕਰ ਰਿਹਾ ਤੁਸੀਂ ਪਤਾ ਨਹੀਂ ਕਿੰਨੇ ਹਜ਼ਾਰ ਜਿਹੜੇ ਫੌਜੀ ਸੀਗੇ ਕਿੰਨੇ ਹਜ਼ਾਰ CRPF ਵਾਲੇ ਨਕਸਲਾਈਟ ਮੂਵਮੈਂਟ ਚਲਾ ਚਲਾ ਕੇ ਔਰ ਮਾਓਵਾਦੀ ਬਣਾ ਕੇ ਤੁਸੀਂ ਮਾਰਤੇ ਇਸ ਕਰਕੇ ਤੁਹਾਡਾ ਕੋਈ ਬੰਦਾ ਹੀ ਨਹੀਂ ਜਿਹੜੇ ਆਪ ਮਾਰਨ ਵਾਲੇ ਹੋ ਉਹ ਤੁਸੀਂ ਕੀ ਸਵਾਲ ਕਰਦੇ ਹੋ ਕਿਸੇ ਮਾਰ ਕੇ ਜਿਹੜਾ ਕਾਂਗਰਸ ਦਾ ਇਤੋਂ ਕਹੇਗਾ ਅਸੀਂ ਰਿਜੈਕਟ ਕਾਂਗਰਸ ਦਾ ਇਤੋਂ ਰੋਂਗ ਅਸੀਂ ਇੱਕ ਵੀ ਬੰਦਾ ਨਹੀਂ ਮਾਰਿਆ ਲੈਫਟ ਬਲਾਲ ਝੰਡੇ ਵਾਲੇ ਸਾਰੇ ਕਹਿੰਦੇ ਆ ਇੱਕ ਮਿੰਟ ਬਰਾੜ ਸਾਹਿਬ ਉੱਥੇ ਝੰਡੇ ਤੁਹਾਡੇ ਹੀ ਝੁਲਦੇ ਆ ਬੁੱਲਰ ਸਾਹਿਬ ਕੋਈ ਮਾਰਦਾ ਹੈ ਤਾਂ ਲਾਲ ਝੰਡੇ ਜਿਹਨੂੰ ਦਫਨ ਕੀਤਾ ਜਾਂਦਾ ਹੈ ਲਾਲ ਝੰਡੇ ਜਿਹਨੂੰ ਚੜਾਇਆ ਜਾਂਦਾ ਹੈ ਲਾਲ ਝੰਡੇ ਜਿਹਨੂੰ ਚੱਕ ਕੇ ਜਰਸੀ ਕੱਢੀ ਜਾਂਦੀ ਉਹਦੀ ਟ੍ਰੈਕਟਰਾਂ ਦੇ ਖਿਲਾਫ ਬਿਲਕੁਲ ਲਾਲ ਝੰਡੇ ਦੀ ਜਰਸੀ ਕੱਢੀ ਜਾਂਦੀ ਉਹਦੀ ਇੱਕ ਨਕਸਲਾਈਟ ਮਾਰਦਾ ਤੇ ਔਰ ਤੁਹਾਡੇ ਲੋਕ ਲੀਡਰ ਜਾ ਕੇ ਉੱਥੇ ਅਥਰੂ ਬਣਾਉਂਦੇ ਆ ਜਵਾਬ ਦੇ ਦੋ ਉਹੀ ਕਾਫੀ ਪਹੁੰਚਾਈ ਦੇਖੋ ਜਦ ਤੱਕ ਕਾਂਗਰਸ ਦਾ ਸਵਾਲ ਹੈ ਕਾਂਗਰਸ ਅੱਜ ਐਸੇ ਹਾਸ਼ੀਏ ਤੇ ਖੜੀ ਹੈ ਔਰ ਅੱਜ ਕਮਿਊਨਲਿਜ਼ਮ ਦੀ ਅਗਰ ਕੋਈ ਰਾਜਨੀਤੀ ਕਰ ਰਿਹਾ ਤੇ ਉਹ ਸਭ ਤੋਂ ਵੱਡੀ ਅੱਜ ਕਾਂਗਰਸ ਚਲੋ ਠੀਕ ਹੈ ਪ੍ਰਸਮਜੀਤ ਸਿੰਘ ਕਮਿਊਨਲਿਜ਼ਮ ਦੀ ਪੋਲਿਟਿਕਸ ਕੌਣ ਕਰਦਾ ਪਿਆ ਇਹ ਇਹਨਾਂ ਨੇ ਪਹਿਲਾਂ ਵੀ ਸਵਾਲ ਖੜਾ ਕੀਤਾ ਸੀ ਦੇਸ਼ ਨੂੰ ਇਹ ਲੋਕ ਵੰਡ ਰਹੇ ਆ ਅਸਲ ਵਿੱਚ ਮੇਰੇ ਵਰਗੇ ਪਤਾ ਨਹੀਂ ਕਿੰਨੇ ਲੋਕ ਇਸ ਵਕਤ ਕਨਫਿਊਜ਼ ਹੈਗੇ ਆ ਕਿ ਦੇਸ਼ ਨੂੰ ਵੰਡ ਕੌਣ ਰਿਹਾ ਨਹੀਂ ਵੰਡ ਤਾਂ ਉਹੀ ਰਿਹਾ ਜਿਹੜਾ ਸੱਤਾ ਵਿੱਚ ਪਹਿਲਾਂ ਇਹ ਭਾਸ਼ਾ ਤੁਸੀਂ ਇੰਨੀ ਇਹ ਨਹੀਂ ਮੈਂ ਕਹਿ ਰਿਹਾ ਕੋਈ ਸਰਟੀਫਿਕੇਟ ਨਹੀਂ ਦੇ ਰਿਹਾ ਕਿ ਕਾਂਗਰਸ ਜਿਹੜੀ ਆ ਬਿਲਕੁਲ ਸੈਕੂਲਰ ਪਾਰਟੀ ਹੈਗੀ ਆ ਉਹ ਵੀ ਜਿਹੜੀ ਆ ਜਿਹਨੂੰ ਸੌਫਟ ਹਿੰਦੂਤਵਾ ਹਮੇਸ਼ਾ ਕਾਰਡ ਖੇਲਦੀ ਰਹੀ ਹੈ ਔਰ ਆਹ ਜਿਹੜੇ ਸਰਵੇ ਦੇ ਅੱਜ ਤੁਸੀਂ ਟਰੇਸ ਕਰ ਰਹੇ ਹੋ ਇਹਨਾਂ ਦਾ 2004 ਹੀ ਆ ਡੇਟ 2003 ਦੇ ਵਿੱਚ ਰੂਲ ਬਣੇ 2004 ਦੇ ਵਿੱਚ 14 ਇਹ ਜਿਹੜੀ ਆ ਉਹਦੇ ਸਿਟੀਜ਼ਨਸ਼ਿਪ ਜਿਹੜਾ ਅਮੈਂਡਮੈਂਟ 1955 ਵਾਲਾ ਐਕਟ ਉਹ 'ਚ ਅਮੈਂਡ ਕਰਕੇ ਇਹ ਸਾਰਾ ਕੀਤਾ ਗਿਆ ਕਿ ਇੰਝ ਸਾਨੂੰ ਕਰਨਾ ਇਸ ਕਰਕੇ ਕਾਂਗਰਸ ਵੀ ਇੱਕ ਇੰਪੋਰਟੈਂਟ ਅਤੇ ਨੈਸ਼ਨਲ ਅਤੇ ਉਸ ਕਿਸਮ ਦੀ ਪਾਰਟੀ ਰਹੀ ਆ ਅੱਜ ਵੀ ਪਾਰਟੀ ਉਹ ਹੈ ਔਰ ਜਿੱਥੋਂ ਤੱਕ ਨਕਸਲਾਈਟਾਂ ਦਾ ਸਵਾਲ ਹੈ ਜਿਹੜਾ ਬਾਰ ਬਾਰ ਜਿਹੜੀ ਭਾਸ਼ਾ ਤੇ ਉੱਪਰੋਂ ਹੀ ਆ ਰਹੀ ਹੈ ਜਿਹੜੀ ਇਹ ਸਵਾਲ ਹੈ ਇਹ ਬੜਾ ਇੰਪੋਰਟੈਂਟ ਹੈਗਾ ਕਿ ਕੌਣ ਕਰ ਰਿਹਾ ਉਹਦੇ 'ਚ ਕਾਂਗਰਸ ਨੇ ਵੀ ਬਥੇਰੇ ਮਾਰੇ ਆ ਔਰ BJP ਵੀ ਲੱਗੀ ਹੋਈ ਆ ਅੱਜ ਜਸਟਿਸ ਅਗਰਵਾਲ ਨੇ ਹੁਣੇ ਕੱਢੀ ਨਾ ਰਿਪੋਰਟ ਸਾਰੀ ਕਿ 17 ਜਿਹੜੇ ਟ੍ਰਾਈਬਲ ਉਹ ਫੜ ਕੇ ਇੱਕ ਨੂੰ ਅਤੇ ਅਗਲੇ ਦਿਨ ਮਾਰਿਆ ਬਿਨਾਂ ਕਿਸੇ ਮਤਲਬ ਤੋਂ 17 ਬੰਦੇ ਮਾਰ ਦਿੱਤੇ ਉਹ ਨਕਸਲਾਈਟ ਸੀਗੇ ਕਿਹਨੇ ਮਾਰੇ
ਤੁਹਾਡੀਆਂ ਡਿਫੈਂਸ ਫੋਰਸਿਸ ਨੇ ਮਾਰੇ ਸਾਰੇ ਦੇ ਸਾਰੇ, ਕੀ ਉਹ ਉਹਨਾਂ ਦੇ 17 ਬੰਦਿਆਂ ਦੀ ਉਹ ਜਾਨਾਂ ਮੁੜ ਕੇ ਦੁਬਾਰਾ ਉਹਨਾਂ ਨੂੰ ਮਿਲ ਜਾਣਗੀਆਂ? ਇਸ ਕਰਕੇ ਇੱਕ ਤਾਂ ਸਟੇਟ ਵਾਇਲੈਂਸ ਤੁਸੀਂ ਉਹਨਾਂ ਗਰੀਬਾਂ ਆਦਿਵਾਸੀਆਂ ਦੇ ਵਿਰੁੱਧ ਕਰਦੇ, ਕਿੱਥੇ ਜਿਹੜੇ ਕਿੱਥੇ ਸਭ ਦੇ ਸਾਰੇ ਨਕਸਲਾਈਟ ਹੈਗੇ ਆ, ਸਾਰੀ ਦੀ ਸਾਰੀ ਟ੍ਰਾਈਬਲ ਬੈਲਟ, ਉੜੀਸਾ, ਵੈਸਟ ਬੰਗਾਲ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡ, ਜਿੰਨੀ ਵੀ ਹੈ ਜਿਹੜੀ ਸਾਰੀ ਦੀ ਸਾਰੀ, ਕੁਛ ਪਾਰਟ ਜਿਹੜੇ ਆ ਮੱਧ ਪ੍ਰਦੇਸ਼ ਥੋੜ੍ਹਾ ਐਡ ਆਨ ਕਰਦਾ। ਇੱਕ ਮੈਂ ਬੰਦੇ ਸਟੇਟਮੈਂਟ ਪੜ੍ਹ ਰਿਹਾ ਸੀ ਸੋਸ਼ਲ ਮੀਡੀਆ 'ਤੇ, ਉਹ ਕਹਿੰਦਾ ਵੀ ਜਿਹੜਾ ਐੱਨ ਪੀ ਆਰ ਹੈਗਾ ਇਹਦੇ ਵਿੱਚ ਆਦਿਵਾਸੀਆਂ ਅਤੇ ਦਲਿਤਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ, ਇਹਦਾ ਮਤਲਬ ਕੀ ਹੈ ਰਸਮਜੀਤ ਸਿੰਘ? ਹਾਂ ਹਾਂ, ਤਾਂ ਕਿ ਬਾਅਦ ਵਿੱਚ ਉਹਨਾਂ ਨੂੰ ਆਈਸੋਲੇਟ ਕਰਕੇ ਐਵਿਕਟ ਕਰਨਾ ਸੌਖਾ ਹੋ ਜਾਵੇ। ਆਹ ਜਿਹੜਾ ਝਾਰਖੰਡ ਦੀ ਚੋਣ ਹਾਰੇ ਆ, ਕਿਉਂ ਹਾਰੇ ਆ? ਇਹਦੇ ਵਿੱਚ ਅਦਾਨੀ ਨੂੰ 1600 ਮੈਗਾਵਾਟ ਦਾ ਪ੍ਰੋਜੈਕਟ ਲਾ ਕੇ ਉਹਨਾਂ ਨੂੰ ਵਿਕਟ ਕਰਕੇ ਉੱਥੋਂ ਦੇ, ਅਤੇ ਉਹਨਾਂ ਨੂੰ ਗੁੱਸਾ ਸੀਗਾ ਜਿਹੜੇ ਆਦਿਵਾਸੀਆਂ ਨੂੰ ਸਾਰੇ ਸੰਤਾਲਾਂ ਨੂੰ, ਕਿ ਆਹ ਕੀ ਕੰਮ ਆ, ਸਾਨੂੰ ਬਿਜਲੀ ਵੀ ਨਹੀਂ ਮਿਲਣੀ, ਬਿਜਲੀ ਇੱਥੇ ਪੈਦਾ ਹੋਊਗੀ। ਸਾਰਿਆਂ ਲਈ ਜ਼ਰੂਰੀ ਆ, ਕਿਵੇਂ ਰੋਕ ਲਓਗੇ ਤੁਸੀਂ? ਕੀ ਐੱਨ ਪੀ ਆਰ ਸਾਰਿਆਂ ਲਈ ਜ਼ਰੂਰੀ ਆ, ਕਿਵੇਂ ਰੋਕ ਲਓਗੇ? ਨਹੀਂ ਨਹੀਂ ਨਹੀਂ, ਉਹ ਤਾਂ ਦੇਖੋ ਸੈਂਸਸ ਵੀ ਪਹਿਲਾਂ ਹੋ ਗਏ, ਤੁਸੀਂ ਆਧਾਰ ਕਾਰਡ ਵੀ 90% ਲੋਕਾਂ ਨੇ ਬਣਾ ਲਏ, ਵੋਟਰ ਕਾਰਡ ਵੀ ਬਣਾ ਲਏ। ਦੇਖੋ ਜਿੱਥੋਂ ਤੱਕ ਇਨਫੋਰਮੇਸ਼ਨ ਲੋਕਾਂ ਦੀ ਇਕੱਠੀ ਕਰਨ ਦਾ ਸਵਾਲ ਆ, ਮੈਂ ਤਾਂ ਹੀ ਕਿਹਾ ਸੀ ਨਾ ਕਿ ਜਿਹੜੀ ਬੱਕਰੇ ਦੀ ਮਾਂ ਕਿੰਨਾ ਚਿਰ ਜਿਹੜੀਆਂ ਸੁੱਖਾਂ ਮਨਾ ਲੂਗੀ, ਉਹ ਉਹਨਾਂ ਨੇ ਇਨਫੋਰਮੇਸ਼ਨ ਸੱਜਿਓਂ ਕਰ ਲੈਣ, ਖੱਬਿਓਂ ਕਰ ਲੈਣ, ਉਹ ਆਲਰੇਡੀ ਫੋਨਾਂ ਰਾਹੀਂ ਵੀ ਬਹੁਤ ਇਨਫੋਰਮੇਸ਼ਨ। ਛੋਟਾ ਬ੍ਰੇਕ ਲੈਣਾ, ਠੀਕ ਹੈ, ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਬ੍ਰੇਕ ਤੋਂ ਵਾਪਸ ਆ ਕੇ ਸਵਾਲ ਪੁੱਛਣ ਲਾਜ਼ਮੀ ਹੈਗਾ ਕਿ ਜੋ ਐੱਨ ਪੀ ਆਰ ਦੇ ਵਿੱਚ ਤੁਹਾਨੂੰ ਹੈ ਇਹ ਦੱਸਿਆ ਜਾਊਗਾ, ਕੋਈ ਵੀ ਅਧਿਕਾਰੀ ਖੜਾ ਹੋ ਕੇ ਕਹਿ ਦੂਗਾ ਕਿ ਤੁਹਾਡੇ ਡਾਕੂਮੈਂਟਸ ਹੈ ਜਾਂ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਹੈ ਉਹ ਸਾਡੇ ਨਾਲ ਮੈਚ ਨਹੀਂ ਕਰਦੀ ਹੈਗੀ, ਅਤੇ ਉਹਦਾ ਰਸਤਾ ਕਿੱਧਰ ਜਾਊਗਾ? ਸੀ ਏ ਏ ਵੱਲ ਤਾਂ ਨਹੀਂ ਜਾਊਗਾ, ਸਵਾਲ ਇੱਥੇ ਆ ਕੇ ਰੁਕਿਆ ਹੈਗਾ। ਕਿਹੜਾ ਅਧਿਕਾਰੀ ਹੈ ਜਿਹੜਾ ਤੁਹਾਨੂੰ ਕਹਿ ਸਕਦਾ ਕਿ ਤੁਹਾਡੀ ਨਾਗਰਿਕਤਾ ਹੁਣ ਤਾਂ ਸਾਨੂੰ ਸ਼ੱਕ ਹੈ, ਜੇ ਜਦੋਂ ਫਿਰ ਰਸਤਾ ਸੀ ਏ ਵੱਲ ਇਸ ਤਰ੍ਹਾਂ ਜਾਊਗਾ ਤਾਂ ਫਿਰ ਸਵਾਲ ਆਪਣੇ ਆਪ ਖੜ੍ਹੇ ਹੋ ਜਾਣਗੇ ਕਿ ਵਾਕਈ ਰਸਤਾ ਜਾਂਦਾ ਜਾਂ ਇੱਕ ਅਫਵਾਹ ਜਾਂ ਇੱਕ ਡਰ ਖੜ੍ਹਾ ਕਰਨ ਦੀ ਕੋਸ਼ਿਸ਼ ਹੈ। ਬ੍ਰੇਕ ਤੋਂ ਵਾਪਸ ਆ ਰਿਹਾ ਤੁਹਾਡੇ ਕੋਈ ਪੁੱਛਦੇ, ਦੇਸੀ ਜਨਤਾ ਅੱਗੇ ਖੜੀਆਂ ਦਰਪੇਸ਼ ਮੁਸ਼ਕਲਾਂ ਦੀ ਸੂਚੀ ਸਿਆਸਤ ਕਿਹੜੇ ਡਾਟਾਬੇਸ 'ਚ ਰੱਖੇਗੀ? ਬਰਾੜ ਸਾਹਿਬ, ਮਨ ਸਿੰਘ ਬਰਾੜ ਜੀ, ਸਵਾਲ ਮਿਸਟਰ ਮਾਂਗਣ ਨੇ ਚੁੱਕਿਆ ਸੀ ਪਰ ਮੇਲਾ ਦਾ ਸਵਾਲ ਇਹ ਉਸ ਤਰੀਕੇ ਨਾਲ ਆਪਦਾ ਰੱਖ ਨਹੀਂ ਪਾਏ। ਸਵਾਲ ਇਹ ਹੈਗਾ ਕੋਈ ਵੀ ਅਧਿਕਾਰੀ ਖੜਾ ਹੋ ਕੇ ਕਹਿ ਦੂਗਾ ਤੁਹਾਡੇ ਜਿਹੜੇ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਹੈ ਉਹਦੇ ਨਾਲ ਅਸੀਂ ਸੈਟਿਸਫਾਈ ਨਹੀਂ ਹੈਗੀ, ਕੀ ਇਹਦਾ ਰਸਤਾ ਫਿਰ ਸੀ ਏ ਵੱਲ ਜਾਊਗਾ, ਐੱਨ ਆਰ ਸੀ ਵੱਲ ਜਾਊਗਾ, ਕੀ ਤੁਹਾਨੂੰ ਇਹੋ ਜਿਹੇ ਖਦਸ਼ੇ ਹੈਗੇ ਆ? ਦੇਖੋ ਡੈਫੀਨੇਟਲੀ ਅਸੀਂ ਤਾਂ ਪਹਿਲਾਂ ਕਿਹਾ ਇਹ ਖਦਸ਼ੇ ਦਾ ਸਵਾਲ ਨਹੀਂ, ਉਹਨਾਂ ਦੀ ਡਿਕਲੇਅਰਡ ਪਾਲਿਸੀ ਹੈ ਔਰ ਹੋਮ ਮਿਨਿਸਟਰ ਨੇ ਬਾਰ ਬਾਰ ਕਿਹਾ ਵੀ ਨੈਕਸਟ ਸਟੈਪ ਸਾਡਾ ਜਿਹੜਾ ਐੱਨ ਆਰ ਸੀ ਹੈ, ਉਹਨਾਂ ਨੇ ਕਲੀਅਰ ਕੱਟ ਗਿਆ ਐੱਨ ਆਰ ਸੀ ਹੈ। ਮੋਦੀ ਸਾਹਿਬ ਕਹਿੰਦੇ ਇਹਦੀ ਤਾਂ ਕੋਈ ਗੱਲ ਹੀ ਨਹੀਂ ਹੋਈ, ਉਹ ਗੱਲ ਕਹਿੰਦੇ ਰਾਮਲੀਲਾ ਗਰਾਊਂਡ ਦੇ ਵਿੱਚ ਖੜੇ ਹੋ ਕੇ ਆਪਣੀ ਗੱਲ ਕਹੀ ਹੈ, ਅਮਿਤ ਸ਼ਾਹ ਸੰਸਦ ਦੇ ਵਿੱਚ ਬਿਆਨ ਦਿੰਦੇ ਹੈਗੇ ਆ, ਇਹ ਕਈ ਵਾਰੀ ਹੋਇਆ, ਕਈ ਵਾਰੀ ਹੋਇਆ, ਪ੍ਰਗਿਆ ਕੁਛ ਕਹਿੰਦੀ ਹੈ ਅਤੇ ਪਰ ਉਸ ਦੇ ਇਹਨਾਂ ਦੇ ਹੱਕ ਨਾਲ ਲਾਈ ਹੈ ਬੀਬੀ, ਉਹ ਵੀ ਕਈ ਸਾਡੇ ਲਈ ਸਾਡੀ ਹੈ ਅਲਟੀਮੇਟਲੀ ਕਹਿੰਦੀ ਪ੍ਰਗਿਆ, ਉਹਨਾਂ ਵੀ ਦੇਸ਼ ਭਗਤਾਂ ਦੇ ਖਿਲਾਫ਼ ਬਹੁਤ ਬੋਲਦੀ ਹੈ ਔਰ ਨੱਥੂ ਰਾਮ ਗੌਡਸੇ ਦੀ ਪੁਜਾਰਨ ਹੈ, ਇਹਨਾਂ ਦੀ ਅਸਲੀ ਨੀਤੀ ਹੈ, ਇਸ ਕਰਕੇ ਪ੍ਰਧਾਨ ਮੰਤਰੀ ਝੂਠ ਬਾਰ ਬਾਰ ਬੋਲਦੇ, ਕਨਫਿਊਜ਼ ਇਹ ਹੈ ਜਾਂ ਕਨਫਿਊਜ਼ ਕਰਨਾ ਚਾਹ ਰਹੇ ਆ, ਜਾਣ ਬੁੱਝ ਕੇ ਕਰਦੇ, ਜਾਣ ਬੁੱਝ ਕੇ ਲੋਕਾਂ ਨੂੰ ਕਰ ਰਹੇ ਹੈ। ਦੇਖੋ ਗੱਲ ਇਹ ਹੈ ਜੇ ਤਾਂ ਇੰਡੀਅਨ ਮਾਸ ਜਿਹੜੇ ਅਵੇਕਨਿੰਗ ਹੋਏ, ਜ਼ਬਰਦਸਤ ਮੂਵਮੈਂਟ ਬਲੀ ਤਾਂ ਫਿਰ ਪਿੱਛੇ ਹਟ ਜਾਣਗੇ, ਫਿਰ ਮੋਦੀ ਕਹੂ ਮੈਂ ਕਿਹਾ ਸੀਗਾ, ਅਤੇ ਅਦਰਵਾਈਜ਼ ਇਹਨਾਂ ਦੀ ਨੀਅਤ ਇਹੀ ਹੈ ਕਿ ਅਸੀਂ ਲਾਗੂ ਕਰਨੀ ਹੈ ਐੱਨ ਆਰ ਸੀ ਕਰਨੀ ਹੈ, ਐਂਟੀ ਵਨ ਸੈਕਟ ਜਿਹੜਾ ਵਨ ਧਰਮ ਹੈ ਉਹਦੇ ਉੱਤੇ ਅਸੀਂ ਇਹ ਡੰਡਾ ਖੜਾ ਰੱਖਣਾ ਹੀ ਹੈ ਔਰ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਲੜਨੀਆਂ ਇਹ ਇਸੇ ਤਰ੍ਹਾਂ ਹੀ ਕਨਫਿਊਜ਼ ਕਰੀ ਜਾਣਾ, ਅਦਾਨੀ ਬਾਨੀ ਦੀ ਸੇਵਾ ਕਰਨੀ ਹੈ, ਨੌਨ ਇਸ਼ੂ ਜਿਹੜੇ ਹੈ ਉਹ ਭੜਕਾਉਣੇ ਹੈ, ਲੋਕਾਂ ਦੇ, ਕਿਸਾਨਾਂ ਦੇ, ਖੇਤ ਮਜ਼ਦੂਰਾਂ ਦੇ, ਵਰਕਿੰਗ ਕਲਾਸ ਦੇ, ਔਰਤਾਂ ਦੇ, ਇਹ ਇਸ਼ੂ ਅੱਗੇ ਨਹੀਂ ਆਉਣ ਦੇਣੇ, ਇਹੀ ਇਸ਼ੂ ਉਹਨਾਂ ਦੇ, ਕੋਈ ਗੱਲ ਕਰਦੇ ਨਹੀਂ। ਐੱਨ ਪੀ ਆਰ ਦੇ ਤੁਹਾਨੂੰ ਇਤਰਾਜ਼ ਕਿੰਨਾ ਕੁ ਹੈਗਾ? ਇਤਰਾਜ਼ ਸਿਰਫ ਇੰਨਾ ਕਿ ਧਰਮ ਆਧਾਰਤ ਹੈ? ਨਹੀਂ ਜੀ ਨਹੀਂ, ਐੱਨ ਪੀ ਆਰ ਇਹ ਤਾਂ ਕਹਿਣਗੇ ਧਰਮ ਦਾ ਡਾਟਾ ਤਾਂ ਕਲੈਕਟ ਕਰਨਾ ਹੀ ਹੈ, ਡਾਟਾ ਕਲੈਕਟ ਜਦੋਂ ਇਹ ਕਹਿੰਦੇ, ਜਦੋਂ ਇਹ ਕਹਿੰਦੇ ਆ ਕਿ ਕੇਂਦਰੀ ਯੋਜਨਾਵਾਂ ਘਰ ਘਰ ਤੱਕ ਪਹੁੰਚਣ, ਅਸੀਂ ਉਹ ਡਾਟਾਬੇਸ ਇਕੱਠਾ ਕਰਨਾ, ਸਿਕਿਉਰਿਟੀ ਪਰਪਸ ਵੀ ਹੈਗਾ, ਸਾਰਾ ਕੁਛ ਇਹ ਕਹਿ ਰਹੇ ਆ ਇਹੀ। ਪਰ ਦੇਖੋ ਪਰ ਗੱਲ ਸਵਾਲ ਇਹ ਹੈ ਵੀ ਜਿਹੜਾ ਹੁਣ ਸੀ ਏ ਪਾਸ ਕਰਕੇ ਇਹਨਾਂ ਨੇ ਹੁਣੇ ਹੀ ਵਨ ਰਿਲੀਜਨ ਬੇਸਿਸ ਐਂਟੀ ਡੈਮੋਕਰੇਟਿਕ ਐਂਟੀ ਕੰਸਟੀਟਿਊਸ਼ਨ ਹੁਣੇ ਹੀ ਪਾਸ ਕਰਕੇ ਨਾਲ ਦੀ ਨਾਲ ਡਿਕਲੇਅਰ ਕੀਤਾ ਹੋਵੇ, ਤੁਸੀਂ ਨੈਕਸਟ ਸਟੈਪ ਸਾਡਾ ਐੱਨ ਆਰ ਸੀ ਹੈ, ਐੱਨ ਆਰ ਸੀ ਦੇ ਨਾਲ ਦੀ ਨਾਲ ਸੈਂਸਸ ਕਰਾਉਣੀ, ਜਿਹੜੇ ਦਾ ਮਤਲਬ ਕੀ ਹੈ? ਭੁੱਲਰ ਸਾਹਿਬ ਦੇ ਨਾਲ ਬਹੁਤ ਇਤਫਾਕ ਰੱਖਦਾ ਹੈ, ਤੁਹਾਡਾ ਇੱਕ ਸਵਾਲ ਸੀ ਵੀ ਸਾਡਾ ਐਕਟ ਤੇ ਇਹਨਾਂ ਦੇ ਐਕਟ ਦੇ ਵਿੱਚ ਕੀ ਡਿਫਰੈਂਸ ਹੈ? ਦੇਖੋ ਕੋਈ ਵੀ ਕੰਟਰੀ ਹੈ ਉਹਨੂੰ ਇਹ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈਗਾ, ਠੀਕ ਹੈ, ਸਟੇਟ ਦੀ ਰਿਸਪੋਂਸੀਬਿਲਟੀ ਹੈ ਵੀ ਹਰੇਕ ਨੂੰ ਇੰਪਲੋਇਮੈਂਟ ਦੇਣਾ, ਹਰੇਕ ਦੀ ਹੈਲਥ ਫੈਸਿਲਿਟੀ ਦੇਣਾ, ਹਰੇਕ ਨੂੰ ਰੋਟੀ ਕੱਪੜਾ ਮਕਾਨ ਪ੍ਰੋਵਾਈਡ ਕਰਨਾ, ਉਹ ਸਾਰਾ ਕੁਛ ਐਟ ਸਟੇਕ ਹੈ। ਲੇਕਿਨ ਜਿਹੜਾ ਇਹਨਾਂ ਦੀ ਇੰਟੈਂਸ਼ਨ ਹੈ, ਤੁਸੀਂ ਇਹਨਾਂ ਦੀ ਇੰਟੈਂਸ਼ਨ ਦੇਖੋ, ਇਹਨਾਂ ਦੀ ਇੰਟੈਂਸ਼ਨ ਮਾਲਾਫਾਈਡ ਹੈ, ਇਹਨਾਂ ਦੀ ਇੱਕੋ ਇੰਟੈਂਸ਼ਨ ਹੈ ਵੀ ਇੱਕ ਪਰਟੀਕੁਲਰ ਕਮਿਊਨਿਟੀ ਨੂੰ ਮਾਰਜਨਲਾਈਜ਼ ਕੀਤਾ ਜਾਵੇ, ਉਹਦੇ ਬੇਸਿਸ ਉਹਦੇ ਲਈ ਇਹਨਾਂ ਨੇ, ਤੁਸੀਂ ਇਹ
ਇਹਨਾਂ ਨੂੰ ਤੁਸੀਂ ਇਕੱਠਾ ਜਦੋਂ ਵੀ ਤੁਸੀਂ ਇਸ ਪੂਰੇ ਪ੍ਰੋਸੈਸ ਨੂੰ ਸਮਝਣਾ ਹੈ ਨਾ ਜੀ ਵੀ ਇਹਦਾ ਫਲੋਸ ਕਿੱਥੇ ਹੈ, ਜੇ ਤੁਸੀਂ ਚਾਰਾਂ ਨੂੰ ਇਕੱਠੇ ਇੱਕ ਟੇਬਲ 'ਤੇ ਰੱਖ ਕੇ ਦੇਖੋਗੇ ਫਿਰ ਤੁਹਾਨੂੰ ਇਹਨਾਂ ਦੀ ਇੰਟੈਂਸ਼ਨ ਜਿਹੜੀ ਕਿ ਮਾਰਜਨਲਾਈਜ਼ ਕਰਨਾ ਇੱਕ ਪਰਟੀਕੁਲਰ ਕਮਿਊਨਿਟੀ ਨੂੰ ਜਿਹੜਾ ਕਿ ਭਾਰਤ ਦੀ ਕੌਨਸਟੀਟਿਊਸ਼ਨ ਅਤੇ ਸਾਡੇ ਦੇਸ਼ ਦੇ ਆਈਡੀਆ ਦੇ ਖਿਲਾਫ ਹੈ, ਤਾਂ ਹਰੇਕ ਬੰਦੇ ਨੂੰ ਹੁਣ ਤੁਸੀਂ ਦੇਖੋ ਗੱਲ ਕਰਤੀ ਇੱਕ ਪਰਟੀਕੁਲਰ ਯੂਨੀਵਰਸਿਟੀ ਉੱਥੇ ਚਲ ਜਾਓ ਯੂਪੀ ਦੇ ਵਿੱਚ, ਉੱਥੇ ਯੂਨੀਵਰਸਿਟੀਆਂ ਕਰੈਕਡਾਊਨ ਹੈ, ਇੰਟਰਨੈਟ ਬੰਦ ਹੈ, 144 ਲਾ ਦਿੰਦੇ ਆ। ਪੰਜਾਬ ਦੇ ਵਿੱਚ ਚਲੋ ਸਾਡੀ ਸਰਕਾਰ ਨੇ ਨਹੀਂ ਲੱਗਣ ਦਿੱਤੀ, ਲੇਕਿਨ ਇਹਨਾਂ ਨੇ ਕੋਈ ਵੀ ਉਹ ਰੀਜ਼ਨ ਨਹੀਂ ਛੱਡਿਆ। 50 ਤੋਂ ਵੱਧ ਯੂਨੀਵਰਸਿਟੀਜ਼ ਨੇ ਪੂਰੇ ਪੈਨ ਇੰਡੀਆ ਇਹਨਾਂ ਦੀ ਇਸ ਜਿਹੜੀ ਜਿਹੜੀ ਦੋ ਤਿੰਨ ਇਹਨਾਂ ਨੇ NRC NPR ਦਾ ਬਿਆਨ ਹੈ, 22 ਯੂਨੀਵਰਸਿਟੀ ਸਰ, ਉਹ 22 ਯੂਨੀਵਰਸਿਟੀ 50 ਕਹਿ ਰਹੇ ਹੋ, ਗ੍ਰਹਿ ਮੰਤਰੀ ਦਾ ਬਿਆਨ ਹੈ, ਗ੍ਰਹਿ ਮੰਤਰੀ ਸਰ ਝੂਠ ਬੋਲਦੇ, ਗ੍ਰਹਿ ਉਹ ਤਾਂ ਫਿਰ ਜਾਂ ਮੋਦੀ ਜੀ ਝੂਠ ਬੋਲਦੇ ਜਾਂ ਗ੍ਰਹਿ ਮੰਤਰੀ, ਉਹਨਾਂ ਨੇ ਯੂਨੀਵਰਸਿਟੀ ਬਾਰੇ ਬਕਾਇਦਾ ਜ਼ਿਕਰ ਕੀਤਾ ਕਿ 4 ਵਿੱਚ ਗੰਭੀਰ ਹੈ ਅਤੇ ਟੋਟਲ 22 ਹੈ, ਤੁਸੀਂ 50 ਕਹਿ ਰਹੇ ਹੋ। KP ਜੀ ਹੁਣ ਹੀ ਇੱਕ ਇਹਨਾਂ ਦੀ ਕੈਬਨਿਟ ਮੰਤਰੀ ਦੀ ਸਟੇਟਮੈਂਟ ਆਈ ਸੀਗੀ, ਮੈਂ ਕਿਸੇ ਪੇਪਰ 'ਚ ਪੜ੍ਹਿਆ ਸੀਗਾ ਵੀ ਅਸੀਂ ID ਕਾਰਡ ਨਹੀਂ ਇਸ਼ੂ ਕਰਨੇ, ਪਰ ਗ੍ਰਹਿ ਮੰਤਰੀ ਕਹਿ ਰਹੇ ਅਸੀਂ ਇਸ਼ੂ ਕਰਨੇ ਹੈ, ਇਹਨਾਂ ਦੇ ਪ੍ਰਵਕਤਾ ਵੀ ਇਹ ਕਹਿ ਰਹੇ ਵੀ ਅਸੀਂ ਇੱਕ ਚਿੱਪ ਵਾਲਾ ਕਾਰਡ ਦੇਣਾ। ਹੁਣ ਤੁਸੀਂ ਆਪ ਹੀ ਸਮਝ ਲਓ ਕਿੱਥੇ ਕੀ ਹੈ। ਭੁੱਲੋ ਸਾਹਿਬ ਬਹੁਤ ਕਨਫਿਊਜ਼ਨ ਹੈਗੀ ਹੈ, ਕੋਈ ਬਿਆਨ ਕੁਛ ਹੋਰ ਦੇ ਰਿਹਾ, ਕੋਈ ਕੁਛ ਹੋਰ ਦੇ ਰਿਹਾ, ਇੱਕ ਕਨਫਿਊਜ਼ਨ ਥੋੜ੍ਹੀ ਤੁਸੀਂ ਦੂਰ ਕਰ ਦਿਓ, ਤੁਸੀਂ ਤਾਂ ਬੜੇ ਤਕੜੇ ਜਾਣਕਾਰ ਹੋ ਇਸ ਚੀਜ਼ ਦੇ, ਜਿਹੜਾ NPR ਦੇ ਵਿੱਚ ਜੇ ਕਿਸੇ ਤੋਂ ਸੈਟਿਸਫਾਈ ਨਹੀਂ ਹੋਊਗਾ ਉਹ ਅਧਿਕਾਰੀ ਜਿਹਦੇ ਥਰੂ ਇਹ ਸਾਰਾ ਕੁਛ ਹੋ ਰਿਹਾ, ਜਿਹੜਾ ਸੁਪਰਵਿਜ਼ਨ ਕਰ ਰਿਹਾ ਇਸ ਸਾਰੇ ਜੋ ਕਿਸੇ ਕੋਲ ਮੁਹੱਲਾ ਜਾਂ ਕਿਸੇ ਵਾਰਡ ਆ ਇਸ ਤਰ੍ਹਾਂ ਡਿਊਟੀਆਂ ਲੱਗਣਗੀਆਂ ਜਿੰਨਾ ਕੁ ਸਾਨੂੰ ਸਮਝ ਹੈ ਕੀ ਹੈ, ਉਹ ਜੇ ਅਧਿਕਾਰੀ ਕਹਿ ਦੇ ਵੀ ਮੈਂ ਤੇਰੇ ਵੱਲੋਂ ਦਿੱਤੀ ਜਾਣਕਾਰੀ ਨਾਲ ਸੰਤੁਸ਼ਟ ਨਹੀਂ ਹੈਗਾ, ਉਸ ਤੋਂ ਬਾਅਦ ਅਗਲਾ ਰਾਹ ਕੀ ਹੈ ਉਸ ਨਾਗਰਿਕ ਕੋਲ। ਦੇਖੋ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, ਅੱਜ ਜਿਹੜੇ ਵੋਟਿੰਗ ਸਿਸਟਮ ਹੈ ਉਹਦੇ ਵਿੱਚ BPL ਜਿਹੜੇ ਹੈਗੇ ਨੇ ਉਹ ਜਗ੍ਹਾ ਜਗ੍ਹਾ ਜਾ ਕੇ ਹਰ ਘਰ ਡੋਰ ਟੂ ਡੋਰ ਜਿਹੜਾ ਹੈ ਲੋਕਾਂ ਦੀ ਇਨਫੋਰਮੇਸ਼ਨ ਲੈ ਰਹੇ ਨੇ, ਉਸ ਵੋਟਸ ਨੂੰ ਦੁਬਾਰਾ ਰੀਚੈੱਕ ਕਰ ਰਹੇ ਵੀ ਉਹਨਾਂ 'ਚ ਕੋਈ ਨਕਲੀ ਤਾਂ ਨਹੀਂ, ਜਾਂ ਇੱਥੋਂ ਕੋਈ ਸ਼ਿਫਟ ਤਾਂ ਨਹੀਂ ਹੋ ਗਿਆ, ਔਰ ਸਾਰਿਆਂ ਕੋਲੋਂ ਆਧਾਰ ਕਾਰਡ। ਮੈਂ ਦਰਸ਼ਕਾਂ ਲਈ ਕੰਮ ਕਰਦਾ, ਉਹਨਾਂ ਨੂੰ ਇਹ ਜਾਣਕਾਰੀ ਚਾਹੀਦੀ ਹੈ NPR 'ਚੋਂ, ਜੇ ਉਹ ਆਪਦੇ ਆਪ ਨੂੰ ਦਰੁਸਤ ਨਹੀਂ ਠਹਿਰਾ ਪਾਉਂਦੇ ਤੁਹਾਨੂੰ ਕੋਲ ਅਗਲਾ ਰਾਹ ਕੀ ਹੈ। ਮੈਂ ਉਸੇ ਗੱਲ 'ਤੇ ਹੀ ਆ ਰਿਹਾ ਤੁਹਾਡੀ, ਉਹਨਾਂ ਦਾ ਆਧਾਰ ਕਾਰਡ ਜਿਹੜਾ ਹੈਗਾ ਐਜ਼ ਆਈਡੈਂਟੀਫਿਕੇਸ਼ਨ ਉਹਨਾਂ ਦੇਖ ਕੇ ਉਸ ਬਾਅਦ 'ਚ ਉਹ ਜਿਹੜੀ ਵੋਟ ਹੈ ਉਹਨੂੰ ਟਿੱਕ ਕੀਤਾ ਜਾ ਰਿਹਾ, ਜਿੱਥੇ ਨਹੀਂ ਮਿਲ ਰਿਹਾ ਹੈਗਾ ਉੱਥੇ ਉਹਨੂੰ ਨਹੀਂ ਟਿੱਕ ਕੀਤਾ ਜਾ ਰਿਹਾ, ਠੀਕ ਹੈ। ਔਰ ਉਹ 'ਚ ਆਧਾਰ ਕਾਰਡ ਦਿਖਾਉਣਾ ਕੋਈ ਜ਼ਰੂਰੀ ਨਹੀਂ ਹੈ, ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ, ਆ ਗਿਆ ਆਧਾਰ, ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ, ਤੁਸੀਂ ਜਿਹੜੀ ਮਰਜ਼ੀ ਗੱਲ ਕਰਨ ਦੋ, ਇੱਕ ਮਾਗਰ ਸਾਹਿਬ ਇੱਕ ਚੀਜ਼ਾਂ ਕਲੀਅਰ ਕਰ, ਮੇਰੀ ਮਰਜ਼ੀ ਹੈ ਮੈਂ ਆਪਣਾ ਆਧਾਰ ਕਾਰਡ ਦਾ ਨੰਬਰ ਤੁਹਾਨੂੰ ਦੇਣਾ ਚਾਹਾਂ ਜਾਂ ਨਹੀਂ ਚਾਹਾਂ, ਕਿਉਂਕਿ ਸੁਪਰੀਮ ਕੋਰਟ ਨੇ ਮੈਨੂੰ ਹੁਕਮ ਦਿੱਤੇ ਹੈ, ਸੁਪਰੀਮ ਕੋਰਟ ਨੇ ਮੈਨੂੰ ਅਧਿਕਾਰ ਦਿੱਤੇ ਹੈ। ਸਰ ਮੈਂ ਤੁਹਾਨੂੰ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਕਿ ਜਦੋਂ BPL ਜਿਹੜੇ ਨੇ ਵੋਟ ਜਿਹੜਾ ਹੈਗਾ ਤੁਹਾਡਾ ਆਈਡੈਂਟੀਫਾਈ ਕਰਨ ਲਈ ਤੁਹਾਡੇ ਘਰੇ ਆਉਂਦੇ ਨੇ, ਤੁਹਾਨੂੰ ਆਪਣਾ ਕੋਈ ਨਾ ਕੋਈ ਆਈਡੈਂਟੀਫਿਕੇਸ਼ਨ ਜਿਹੜੀ ਹੈ ID ਜਿਹੜਾ ਹੈ ਉੱਥੇ ਦਿਖਾਉਣਾ ਪੈਣਾ ਤੁਹਾਡੀ ਉੱਥੇ ਉਸ ਵੋਟ ਨੂੰ ਕਲੈਰੀਫਾਈ ਕਰਨ ਵਾਸਤੇ। ਸੇਮ ਚੀਜ਼ ਹੈ ਕਿ ਅਗਰ ਤੁਸੀਂ ਕੋਈ ਆਪਣਾ ਡਾਕੂਮੈਂਟਰੀ ਪਰੂਫ ਦਿੰਦੇ ਉਹ ਹੋ ਗਿਆ, ਤੁਹਾਡੀ ਕੋਈ ਜਿਹੜਾ ਚੌਂਕੀਦਾਰ ਹੈਗਾ ਪਿੰਡ ਦਾ ਉਹਦੇ ਕੋਲੋਂ ਤੁਹਾਡੀ ਇਨਫੋਰਮੇਸ਼ਨ ਹੋਏਗੀ, ਤੁਹਾਡੇ ਲੰਬੜਦਾਰ ਕੋਲ ਇਨਫੋਰਮੇਸ਼ਨ ਹੋਏਗੀ, ਤੁਹਾਡਾ ਸਰਪੰਚ ਲਿਖ ਕੇ ਦੇ ਸਕਦਾ, ਇਲਾਕੇ ਦਾ MC ਲਿਖ ਕੇ ਦੇ ਸਕਦਾ, ਤੁਹਾਨੂੰ ਆਈਡੈਂਟੀਫਾਈ ਕਰ ਸਕਦਾ ਵੀ ਹਾਂ ਆਹ ਬੰਦਾ ਫਲਾਣਾ ਹੈ ਜਿਹਦੀ ਮੈਂ ਆਈਡੈਂਟੀਫਾਈ ਕਰਦਾ ਇਹਨੂੰ। ਅੱਗੇ ਉਹਦੇ ਕਈ ਹੋਰ ਸੋਰਸ ਨੇ ਜਿਹਦੇ ਕਰਕੇ ਉਹਨੂੰ ਆਈਡੈਂਟੀਫਿਕੇਸ਼ਨ ਹੋਏਗੀ, ਲੇਕਿਨ ਅਲਟੀਮੇਟਲੀ ਅਸੀਂ ਕਿਤਨਾ ਕਿਤੇ ਜਾ ਕੇ ਤੇ ਆਈਡੈਂਟੀਫਾਈ ਕਰਨਾ ਹੈ ਨਾ, ਅਗਰ ਉਸ ਮੇਰਾ ਸਵਾਲ ਇਹ ਨਹੀਂ ਸੀਗਾ ਸਰਪੰਚ ਉਸ ਦਾ ਤੁਹਾਡਾ ਹੋਵੇ, ਸਰਪੰਚ ਉਸ ਦਾ ਤੁਹਾਡੇ ਸਹਿਯੋਗੀਆਂ ਦਾ ਹੋਵੇ, ਸਾਰਾ ਹੀ ਸਾਡਾ ਹੈ। ਸਵਾਲ ਤਾਂ ਸੁਣ ਲਓ, ਸਵਾਲ ਨਹੀਂ 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 ਮੇਰਾ ਸਵਾਲ ਇਹ ਨਹੀਂ ਹੈ ਭੁੱਲੋ ਸਾਹਿਬ, ਮੇਰਾ ਸਵਾਲ ਹੈ NPR 'ਚ ਜਿਹੜਾ ਬਾਹਰ ਹੋ ਗਿਆ ਉਹਦੇ ਕੋਲ ਰਸਤਾ ਕਿਹੜਾ। ਮੇਰੀ ਗੱਲ ਸੁਣੋ ਤੁਸੀਂ, ਨਹੀਂ ਨਹੀਂ ਇੱਕ ਮਿੰਟ ਮਾਗਰ ਸਾਹਿਬ, ਇੱਕ ਮਿੰਟ ਤੁਸੀਂ ਸਾਰੀ ਡਿਬੇਟ ਕਰ ਲਓ, ਨਹੀਂ ਨਹੀਂ ਭੁੱਲੋ ਸਾਹਿਬ, ਹਰ ਗੱਲ 'ਚ ਨਾ ਕੁੱਤੀ ਜਾ ਹੁੰਦੀ, ਤੁਸੀਂ ਜਵਾਬ ਦੇਣਾ, ਤੁਸੀਂ ਦੇ ਦਿਓ, ਠੀਕ ਹੈ ਨਾ। ਮੇਰੇ ਕੋਲ ਹੈਗਾ ਜਿਹੜਾ ਸਵਾਲ ਦਾ, ਇੱਕ ਮਿੰਟ ਮਾਗਰ ਸਾਹਿਬ ਪਲੀਜ਼ ਭੁੱਲੋ ਸਾਹਿਬ, ਬੁਲਾ ਲਓ, ਨਹੀਂ ਨਹੀਂ ਉਹ ਨਹੀਂ ਬੋਲਦੇ ਪਏ, ਮੈਂ ਚੁੱਪ ਕਰਾਤਾ, ਠੀਕ ਹੈ ਨਾ। ਮੈਂ ਫਿਰ ਕਹਿ ਰਿਹਾ, ਤੁਸੀਂ ਬੋਲੋ ਆਪਣੇ ਮੰਤਰੀਆਂ ਦਾ, ਆਪਣੇ ਸੰਤਰੀਆਂ ਨੂੰ ਜਵਾਬ ਦੇ ਲਓ ਪੰਜਾਬ ਜਾ ਕੇ, ਉਹ ਕਿਉਂ ਨਹੀਂ ਸਾਡੇ ਲਈ, ਅਸੀਂ ਉਹ ਡਿਬੇਟ ਨਹੀਂ ਕਰ ਰਹੇ, ਉਹ ਜਵਾਬ ਡਿਬੇਟ ਨਹੀਂ ਕਰ ਰਹੇ, ਮਿਸਟਰ ਮਾਗਰ ਤੁਹਾਡੇ ਤੋਂ ਜਵਾਬ ਹੀ ਲਊਂਗਾ ਮੈਂ, ਹਾਂ ਬੋਲੋ। ਗੱਲ ਇਸ ਤਰ੍ਹਾਂ ਹੈ ਜੀ, ਜਿਹੜੀ ਗੱਲ 'ਤੇ ਇਹ ਆ ਰਹੇ ਨੇ ਮਾਂਗੜ ਸਾਹਿਬ ਆ ਰਹੇ ਨੇ ਬਾਰ ਬਾਰ ਕਾਂਗਰਸ ਵਾਲੇ ਜੀ, ਇੱਕ ਸਮੁਦਾਇ ਜੇ ਅਸੀਂ ਉਹੀ ਕਰਨਾ ਹੁੰਦਾ ਤਾਂ ਫਿਰ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਾ ਲੈਂਦੇ ਸੀ, ਠੀਕ ਹੈ, ਪਰੇਡ ਵੀ ਕਰਾ ਲੈਂਦੇ ਸੀ। ਲਾਸਟ ਪੁਆਇੰਟ ਮੈਨੂੰ ਤੁਹਾਡਾ ਚਾਹੀਦਾ, ਮੈਂ ਚਰਚਾ ਸਮਾਪਤ ਕਰਨੀ ਹੈ, NPR 'ਚੋਂ ਜਿਹੜਾ ਆਊਟ ਗਿਆ ਉਹਦੇ ਲਈ ਰਾਹ ਕਿਹੜਾ ਹੈ? ਦੇਖੋ ਛੱਡਣ ਕੇ ਮੈਂ ਫਿਰ ਵੀ ਇਹ ਕਹਿੰਦਾ ਇਹ ਇਨਫੋਰਮੇਸ਼ਨ ਕਿਸੇ ਨਾ ਕਿਸੇ ਫਾਰਮ 'ਤੇ ਲੈ ਕੇ ਛੱਡਣਗੇ। ਦੇਖੋ ਸੈਂਸਿਸ ਦੀ ਇਨਫੋਰਮੇਸ਼ਨ ਬੜੀ ਸਧਾਰਨ ਸੀ, ਉਹ ਲੋਕਾਂ ਨੂੰ ਕੋਈ ਆਈਡੈਂਟੀ ਪਰੂਫ ਨਹੀਂ ਸੀ ਦੇਣੇ ਪੈਂਦੇ, ਉਹ ਲੋਕਾਂ ਨੂੰ ਜਾ ਕੇ ਸੈਂਸਿਸ ਵਾਲੇ ਬੰਦੇ ਪੁੱਛਦੇ ਸੀ ਵੀ ਸਾਨੂੰ ਬੱਚੇ ਦੱਸ ਦਿਓ, ਆਹ ਦੱਸ ਦਿਓ, ਆਹ ਦੱਸ ਦਿਓ, ਐਜੂਕੇਸ਼ਨ ਦਾ ਬਿਲਕੁਲ ਨਹੀਂ ਚਾਹੀਦਾ। ਸੈਂਸਿਸ ਜਾਵੜੇਕਰ ਸਾਹਿਬ ਨੇ ਖੋਦੇ, ਗੱਲ ਕਹੀ ਹੈ, ਬਿਲਕੁਲ ਉਹਨਾਂ ਤੇ ਵਿਸ਼ਵਾਸ ਨਹੀਂ ਹੈ। ਇਹ ਗੱਲ ਵੀ ਠੀਕ ਹੈ, ਜਿਹੜੀ NPR ਜਿਹੜੀ ਹੁਣ
ਉਹ ਵੀ ਇਨਫੋਰਮੇਸ਼ਨ ਪੁੱਛਣ ਦੇ ਵਿੱਚ ਉਹਦੇ ਵਿੱਚ ਕੋਈ ਪ੍ਰੂਫ ਨਹੀਂ ਮੰਗ ਰਹੇ ਹੈਗੇ ਉਹ ਪਰ ਉਹ ਇਨਫੋਰਮੇਸ਼ਨ ਇਹੋ ਜਿਹੀ ਆ ਜਿਹੜਾ ਇੱਕ ਆਧਾਰ ਬਣੂਗੀ NRC ਦੇ ਲਈ ਫਿਊਚਰ ਲਈ ਉਹ ਜਿਸ ਤਰ੍ਹਾਂ ਕਿ ਹੁਣ ਮੈਂ ਕਹਿੰਦਾ ਕਿ ਜਿਹੜੇ ਇਹ ਗੱਲ ਕਿਸੇ ਨੂੰ ਪੁੱਛਣਾ ਕਿ ਤੇਰਾ ਪਿਓ ਕਿੱਥੋਂ ਦਾ ਸੀ ਇਹਦਾ ਮਤਲਬ ਤੇ ਉਹ ਕਿੱਥੋਂ ਦਾ ਤੇ ਅਸਲ ਵਿੱਚ ਤੇ ਜਿਹੜਾ ਪ੍ਰੀ ਸੈਂਸਿਸ ਜਿਹੜਾ ਇਹ ਡਾਟਾ ਪਿਛਲੀ ਵਾਰੀ ਵੀ 2010 ਇਕੱਠਾ ਕੀਤਾ ਗਿਆ ਸੀ ਉਹ ਸਿਰਫ ਇਸ ਗੱਲ ਲਈ ਹੁੰਦਾ ਕਿ ਕੋਈ ਵੀ ਬਛਿੰਦਾ ਜਿਹੜਾ ਜਾਂ ਤਾਂ ਉਹ 6 ਮਹੀਨਿਆਂ 'ਚ ਇੱਥੇ ਰਹਿ ਰਿਹਾ ਪਹਿਲਾਂ ਭਾਵੇਂ ਉਹ ਵਿਦੇਸ਼ੀ ਹੋਵੇ ਉਹ ਇੱਥੇ ਦਾ ਸਿਟੀਜ਼ਨ ਨਹੀਂ ਹੈਗਾ ਭਾਵੇਂ ਉਹ ਵਿਦੇਸ਼ੀ ਹੋਵੇ 6 ਮਹੀਨੇ ਤੋਂ ਰਹਿ ਰਿਹਾ ਜਾਂ ਉਹ ਉਸ ਡੇਟ ਤੋਂ 6 ਮਹੀਨੇ ਹੋਰ ਰਹਿਣ ਲਈ ਕਹਿੰਦਾ ਕਿ ਮੈਂ ਇੱਥੇ 6 ਮਹੀਨੇ ਹੋਰ ਰਹਿਣਾ ਉਹਦਾ ਡਾਟਾ ਸਾਰਾ ਇਕੱਠਾ ਕੀਤਾ ਜਾਊਗਾ ਪਰ ਉਸ ਨੂੰ ਇਹ ਪੁੱਛੋ ਕਿ ਤੇਰੇ ਮਾਂ ਬਾਪ ਕਿੱਥੇ ਸੀ ਉਹਨਾਂ ਦੀ ਡੇਟ ਕੀ ਸੀ ਹੋਰ ਇਹੋ ਜਿਹੀ ਇਨਫੋਰਮੇਸ਼ਨ ਜੇ ਕਰੋਗੇ ਤੇ ਇਹਦਾ ਮਤਲਬ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੀ ਹਿਸਟਰੀ ਦੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਇਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੇਸੀ ਕੌਣ ਤੇ ਵਿਦੇਸ਼ੀ ਕੌਣ ਉਹਦੇ 'ਚੋਂ ਗਾਂ ਜਦੋਂ NRC ਦਾ ਡਾਟਾ ਸਾਰਾ ਤਿਆਰ ਹੋਊਗਾ ਕਿੱਥੇ ਜੰਮੇ ਸੀ ਹਾਂ ਬਿਲਕੁਲ ਉਹ ਕਿੱਥੇ ਜੰਮੇ ਸੀ ਉਹੀ ਗੱਲ ਹੋ ਗਈ ਨਾ ਉਹ ਫਿਰ CAA ਨਾਲ ਲਿੰਕ ਕਰਕੇ ਇਹ ਘੱਲੂਘਾਰੇ ਵੱਲ ਜਾਣਗੇ ਰਹੀ ਗੱਲ ਕਿਉਂਕਿ ਲੋਕ ਆ ਲੋਕ ਤਾਂ ਹੁਣ ਇਕੱਲੇ ਇਕੱਲੇ ਜਿਹੜੇ ਲੜਾਈ ਜਿੰਨੀਆਂ ਸਟੇਟਾਂ ਦੇ ਰਹੀਆਂ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਦੋ ਗੱਲਾਂ ਇਹਦੇ 'ਚੋਂ ਸਾਹਮਣੇ ਆਉਂਦੀਆਂ ਇੱਕ ਤਾਂ ਮੇਰਾ ਸਵਾਲ ਹੈਗਾ ਕਿ ਲੋਕਾਂ ਨੂੰ ਖੱਜਲ ਖੁਆਰ ਕਰਨਾ ਬੰਦ ਕਰੋ ਖਾਸ ਕਰ ਗਰੀਬ ਦੇਸ਼ਾਂ ਨੂੰ ਗਰੀਬ ਲੋਕਾਂ ਨੂੰ ਇੰਨੀ ਖੱਜਲ ਖੁਆਰੀ ਹੁੰਦੀ ਇਹਦੇ 'ਚ ਅਸਾਮ ਦਾ ਜੋ ਐਕਸਪੈਰੀਮੈਂਟ ਦੇਖਣ ਤੋਂ ਬਾਅਦ ਉਹਦੇ 'ਤੇ ਉਹਨਾਂ 'ਤੇ ਥੋੜ੍ਹਾ ਰਹਿਮ ਅਤੇ ਦਇਆ ਕਰੀਏ ਉਹਨਾਂ ਨੇ ਤਾਂ ਰੋਜ਼ ਦਾ ਕਮਾਉਣਾ ਰੋਜ਼ ਦਾ ਖਾਣਾ ਬਹੁਤ ਦਿਨ ਭੰਨਣੇ ਪੈਂਦੇ ਸੋਸ਼ੋ ਇਕਨੋਮਿਕ ਦਾ ਡਾਟਾ ਇਕੱਠਾ ਕੀਤਾ 8-9 ਸਾਲ ਪਹਿਲਾਂ ਕਿਉਂ ਨਹੀਂ ਲੋਕਾਂ ਨੂੰ ਉਹਦਾ ਅਜੇ ਤੱਕ ਡਾਟਾ ਦਿੱਤਾ ਕਿ ਕਿਹੜੀ ਜਿਹੜੀ ਜਾਤ ਜਾਂ ਇੱਥੇ ਦੇਸ਼ ਦੀ ਹੈਗੀ ਆ ਉਹ ਕਿੰਨੀ ਗਰੀਬ ਆ ਤੁਸੀਂ ਡਾਟਾ ਰਿਲੀਜ਼ ਕਿਉਂ ਨਹੀਂ ਕੀਤਾ ਅਸਲ ਡਾਟਾਬੇਸ ਤੋਂ ਨਹੀਂ ਨਹੀਂ ਹਾਂ ਅਸਲ ਡਾਟਾਬੇਸ ਸੀਗਾ ਉਹ ਤੁਸੀਂ ਕਿੰਨੀ ਇੱਕ ਵਾਰੀ ਲੋਕਾਂ ਨੂੰ ਖੱਜਲ ਕਰੋਗੇ ਤੁਸੀਂ ਕਿ ਸਾਨੂੰ ਰੋਜ਼ ਡਾਟਾ ਚਾਹੀਦਾ ਰੋਜ਼ ਡਾਟਾ ਚਾਹੀਦਾ ਉਹ ਸੈਂਸਸ ਤੋਂ ਬਾਅਦ ਦੁਬਾਰਾ ਸਾਰੇ ਘਰੋ ਘਰ ਜਾ ਕੇ ਡਾਟਾ ਇਕੱਠਾ ਕੀਤਾ ਸੀ ਇੰਟੈਂਸ਼ਨ ਕੀ ਸੀ ਵੀ ਅਸੀਂ ਜੀ ਡਿਵੈਲਪਮੈਂਟ ਕਰਨ ਕਿਹੜਾ ਵਿਕਾਸ ਹੋ ਗਿਆ ਉਦੋਂ ਬਾਅਦ ਇਸੇ ਤਰੀਕੇ ਨਾਲ ਜਿਹੜਾ ਹੋਣ ਵਾਲਾ ਵੀ ਹੈ ਜਿਹੜਾ CAA ਹੈਗਾ ਜੇ ਇਹਨੂੰ ਅਮੈਂਡ ਨਹੀਂ ਕੀਤਾ ਜਾਂਦਾ ਬਾਕੀ ਇਨਫੋਰਮੇਸ਼ਨ ਤਾਂ ਇਕੱਠੀ ਕਰ ਲੈਣਗੇ ਕਿਸੇ ਵੀ ਤਰੀਕੇ ਨਾਲ ਸਿੱਧੇ ਢੰਗ ਨਾਲ ਕਰ ਲੈਣ ਸਿੱਧੇ ਢੰਗ ਨਾਲ ਕਰ ਲੈਣ ਹੁਣ ਤੁਹਾਨੂੰ ਪਤਾ ਉਹ ਕਾਗਜ਼ਾਂ 'ਤੇ ਨਹੀਂ ਆਉਣਾ ਤਾਂ ਉਹ ਬਟਨਾਂ 'ਤੇ ਆਉਣਾ ਉਹ ਬਟਨ ਸਾਰੀ ਇਨਫੋਰਮੇਸ਼ਨ ਸੈਂਟਰਲਾਈਜ਼ ਆਟੋਮੈਟਿਕਲੀ ਫੋਨਾਂ ਰਾਹੀਂ ਜਿਹੜਾ ਉਹਨਾਂ ਨੇ ਲੈ ਕੇ ਆਉਣੇ ਆ ਉਹ ਸਾਰੀ ਡਿਟੇਲ ਆਟੋਮੈਟਿਕਲੀ ਸੈਂਟਰਲਾਈਜ਼ ਹੋ ਜਾਣੀ ਚਲੋ ਭੱਲਾ ਸਾਹਿਬ ਲਾਸਟ ਸਵਾਲ ਦਾ ਜਵਾਬ ਦਿਓ ਮੈਂ ਇਹ ਨਹੀਂ ਗੱਲ ਮੈਨੇ ਜੇ CAA ਦੇ ਵਿੱਚ ਮੁਸਲਮਾਨਾਂ ਦੀ ਐਕਸੈਪਟੈਂਸ ਨਹੀਂ ਹੁੰਦੀ ਇਹ ਬਵਾਲ ਖੜਾ ਹੋਊਗਾ ਪਵਾੜਾ ਅੱਗੇ ਪੈਣਾ ਹੀ ਪੈਣਾ ਬੋਲੋ ਸਰ ਲਾਸਟ ਸਵਾਲ ਦਾ ਮੈਂ ਜਵਾਬ ਦੇ ਦਿਓ ਤੁਸੀਂ NRU ਕਦੋਂ ਤਿਆਰ ਕਰ ਰਹੇ ਹੋ ਨੈਸ਼ਨਲ ਰਜਿਸਟਰ ਆਫ ਅਨਇੰਪਲਾਈਮੈਂਟ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਕਿ ਜਿਹੜਾ ਡਾਟਾ ਇਕੱਠਾ ਕੀਤਾ ਜਾ ਰਿਹਾ ਇਹ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਚਾਹੇ ਸਬਸਿਡੀਜ਼ ਅਸੀਂ ਦੇਣੀਆਂ ਹੈਗੀਆਂ ਨੇ ਚਾਹੇ ਅਸੀਂ ਐਜੂਕੇਸ਼ਨ ਬੇਸ ਕਰਨਾ ਹੈਗਾ ਚਾਹੇ ਹੈਲਥ ਦੀਆਂ ਫੈਸਿਲਿਟੀਜ਼ ਦੇਣੀਆਂ ਹੈਗੀਆਂ ਚਾਹੇ ਅਸੀਂ ਜਿਹੜਾ ਘਰ ਘਰ ਦੀ ਗੱਲ ਕਰਦੇ ਹਾਂ ਬਿਲਕੁਲ ਨਿਕਲੇਗਾ ਲੇਕਿਨ ਇੱਕ ਸਿਰਫ ਮੈਂ ਗੱਲ ਕਹਿਣੀ ਚਾਹੂੰਗਾ ਕਿ ਜਿਹੜੀ ਇੱਥੇ ਪ੍ਰੋਫੈਸਰ ਸਾਹਿਬ ਨੇ ਵੀ ਔਰ ਮੇਰੇ ਬਾਕੀ ਜਿਹੜੇ ਸਾਥੀ ਨੇ ਵੀ ਗੱਲ ਕੀਤੀ ਹੈ ਬਾਰ ਬਾਰ ਇੱਕ ਸਮੁਦਾਇ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ ਬਹੁਤ ਧੰਨਵਾਦ ਬੱਲੋ ਸਾਹਿਬ ਤੁਹਾਡਾ ਮਾਗੜ ਸਾਹਿਬ ਤੁਹਾਡਾ ਬਹੁਤ ਧੰਨਵਾਦ ਮੈਂ ਤੁਹਾਡਾ ਬਹੁਤ ਧੰਨਵਾਦ ਚਰਚਾ ਇੱਥੇ ਆ ਕੇ ਸਮਾਪਤ ਹੁੰਦੀ ਹੈ ਡਾਟਾ ਚਾਹੀਦਾ ਹੈਗਾ ਡਾਟਾ ਕਲੈਕਟ ਹੋਣਾ ਵੀ ਚਾਹੀਦਾ ਹੈਗਾ ਸਾਡੀ ਸਿਕਿਉਰਟੀ ਹੈ ਜਿਹੜੀ ਸੋਸ਼ਲ ਸਿਕਿਉਰਟੀ ਦਾ ਵੀ ਮੁੱਦਾ ਸਾਨੂੰ ਅੱਗੇ ਰੱਖਣਾ ਚਾਹੀਦਾ ਹੈਗਾ ਇਹ ਸਾਰੇ ਇਸ਼ੂਸ ਹੈਗੇ ਆ ਸਰਕਾਰ ਦੀ ਅਟੈਂਸ਼ਨਸ ਕੀ ਹੈਗੀ ਆ ਸਰਕਾਰ ਕਿਸ ਤਰੀਕੇ ਨਾਲ ਸੋਚਦੀ ਸਰਕਾਰ ਦਾ ਨਜ਼ਰੀਆ ਕੀ ਹੈਗਾ ਉਹਨਾਂ 'ਤੇ ਸਿਆਸਤ ਹੀ ਹੋਏਗੀ ਪਰ ਮੇਰੇ ਵਰਗੇ ਨਾਗਰਿਕ ਦਾ ਇੱਕ ਸਵਾਲ ਹੈਗਾ ਮੈਂ ਵੋਟ ਪਾਈ ਮੇਰੀ ਵੋਟ 'ਤੇ ਸਰਕਾਰ ਬਣ ਗਈ ਅੱਜ ਮੈਨੂੰ ਜਵਾਬ ਦੇਣਾ ਪੈ ਰਿਹਾ ਕਿ ਮੈਂ ਇਸ ਦੇਸ਼ ਦਾ ਨਾਗਰਿਕ ਹਾਂ ਬਹੁਤ ਧੰਨਵਾਦ